ਚੁੱਲੇ, ਕਹਿੰਦੇ ਚੁੱਲੇ ਵੀ ਲਾਏ, ਬਹੁਤ ਜਾਂਦੀ ਲਾਏ ਜਾਂਦੇ ਸੀ ਕਿਉਂਕਿ ਆਪਾਂ ਬਹੁਤ ਖਾਂਦੇ ਸੀ ਪੰਜਾਬ ਦੇ ਲੋਕ, ਬੇਸਣ ਹੋਇਆ, ਲੱਡੂ ਹੋ ਗਿਆ, ਤੇ ਸਾਰੇ ਛੋਲਿਆਂ ਦੀ ਤਾਂ ਹੀ ਤਾਂ ਇੰਨਾ ਵਧੀਆ, ਜਿਵੇਂ ਕਹਿ ਲਓ ਕਿ ਖਾਣਾ ਵੀ ਵਧੀਆ ਮੰਨਿਆ ਜਾਂਦਾ ਸੀਗਾ ਛੋਲਿਆਂ ਨਾਲ, ਤੇ ਉਹ ਵੀ ਹੁਣ ਬਹੁਤ ਘੱਟ ਹੋ ਗਏ ਲੱਗਣੇ। ਹੁਣ ਅਸੀਂ ਤੁਹਾਨੂੰ ਉਹੀ ਝੋਨਾ ਦੇ ਦਿੰਦੇ ਆ, ਬੈਠਿਆਂ ਨੂੰ ਕਾਰਡਾਂ ਦੇ, ਰਾਸ਼ਨ ਕਾਰਡ ਦੀ ਦੇ ਦਿੰਦੇ ਆ, ਤੁਸੀਂ ਸਿਰਫ ਤੇ ਸਿਰਫ ਆਪਣਾ ਅਧਿਕਾਰ ਛੱਡ ਦੋ ਜੰਗਲਾਂ ਤੋਂ, ਇਹਨਾਂ ਨੂੰ ਕਿਹਾ ਗਿਆ। ਕਿਉਂਕਿ ਜਿਹੜਾ ਸਭ ਤੋਂ ਅਮੀਰ ਬੰਦਾ ਬੈਠਾ ਉਹਦਾ ਘਿਓ ਵੀ ਬਹੁਤ ਉਹਦੇ ਕੋਲ, ਘਰੇ ਹੁਣ ਉਹਦੇ ਕੋਲ ਖਾਣਾ ਵੀ ਬਹੁਤ ਆ, ਉਹਦੇ ਕੋਠੀ ਵੀ ਬਹੁਤ ਸੋਹਣੀ ਪਾ ਲਈ ਆ, ਉਹਨੂੰ ਲੋੜ ਆ ਗੱਡੀਆਂ ਦੀ, ਕਾਰਾਂ ਦੀ, ਇਹ ਸਾਰੀ ਚੀਜ਼ਾਂ ਦੀ, ਸਹੂਲਤਾਂ ਦੀ, ਇੰਡਸਟਰੀ ਦੀ, ਇੰਡਸਟਰੀ ਦੀ ਜਿੰਨੀ ਰਿਕੁਆਇਰਮੈਂਟ ਉਹ ਹੈਗੀ ਮਿਨਰਲਸ ਦੀ, ਉਹ ਮਿਨਰਲ ਦੀ ਰਿਕੁਆਇਰਮੈਂਟ ਜਿੰਨਾਂ ਤੋਂ ਲੈਣੀ ਆ ਤੁਸੀਂ ਮਿਨਰਲ ਲੈਣੇ ਨੇ, ਉਹ ਲੋਕਾਂ ਨੂੰ ਉੱਥੋਂ ਕੱਢਣ ਵਾਸਤੇ ਉਹਨਾਂ ਨੂੰ ਕੋਈ ਨਾ ਕੋਈ ਖੁਰਾਕ ਦੇਣੀ ਆ, ਉਹ ਖੁਰਾਕ ਹੈਗੀ ਝੋਨਾ। ਆਪਾਂ ਠਹਿਰ ਜਾ ਠਹਿਰ ਜਾ, ਇਹ 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 ਆਪਾਂ ਨਾ ਝੋਨੇ ਤੋਂ ਸਟਾਰਟ ਕੀਤੀ ਸੀ, ਆਪਾਂ ਅੱਗੇ ਪਹੁੰਚ ਗਏ ਬਹੁਤ, ਇਹ ਆਪਾਂ ਨਾ ਇਹਨੂੰ ਹੁਣ ਕੱਟ ਕਰਦੇ ਹਾਂ ਇੱਥੇ, ਅਤੇ ਇਹ ਬਹੁਤ ਵੱਡੀ ਪ੍ਰੋਬਲਮਸ ਨੇ, ਇਹ ਤਾਂ ਗੱਲਾਂ ਮੁੱਕਣੀਆਂ ਨਹੀਂ ਹੈਗੀਆਂ ਆਪਣੀਆਂ। ਹਾਂਜੀ ਬਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ, ਸਤਿ ਸ਼੍ਰੀ ਅਕਾਲ। ਅਤੇ ਮੈਂ ਸੋਚ ਰਹੀ ਸੀ ਕਿ ਆਪਾਂ ਅੱਜ ਕੱਲ੍ਹ ਸਾਈਕੋਲੋਜੀ 'ਚ ਪੂਰਾ ਰਿਸਰਚ ਕਰ ਰਹੇ ਹਾਂ, ਅਤੇ ਸਾਈਕੋਲੋਜੀ ਨੂੰ ਸਮਝ ਰਹੇ ਹਾਂ, ਅਤੇ ਆਪਾਂ ਕਹਿੰਦੇ ਹਾਂ ਕਿ 95% ਜਿਹੜਾ ਹਿਊਮਨ ਹੁੰਦਾ ਸਾਈਕੋਲੋਜੀ ਹੁੰਦਾ, ਆਪਾਂ ਜਿਹੜੇ ਹੈਗੇ ਹਾਂ ਆਪਣੀ ਸੋਚ ਜਿਹੜੀ ਹੈਗੀ ਉੱਥੋਂ ਹੀ ਮਤਲਬ ਉਂਗਰਦੀ ਹੈ, ਸਾਈਕੋਲੋਜੀ ਤੋਂ ਹੀ ਉਂਗਰਦੀ ਹੈ, ਅਤੇ ਕਿਉਂ ਨਾ ਆਪਾਂ ਨੂੰ ਹੁਣ ਥੋੜ੍ਹਾ ਡੀਪ ਜਾ ਕੇ ਨਾ ਇਹਨੂੰ ਆਪਾਂ ਰਿਲੇਟ ਕਰਨ ਲੱਗ ਜਾਈਏ ਆਪਣੀ ਪ੍ਰੋਬਲਮਸ ਦੇ ਨਾਲ, ਕਿ ਜਿਹੜੀਆਂ ਆਪਣੀਆਂ ਸਮਾਜ ਦੀਆਂ ਪ੍ਰੋਬਲਮਸ ਨੇ ਜਾਂ ਮਨੁੱਖ ਦੀਆਂ ਪ੍ਰੋਬਲਮਸ ਨੇ, ਉਹ ਉਹਦੇ 'ਚ ਸਾਈਕੋਲੋਜੀ ਦਾ ਕੀ ਰੋਲ ਹੈ, ਅਤੇ ਆਪਾਂ ਉਹਨੂੰ ਕਿਵੇਂ ਸਮਝ ਸਕਦੇ ਹਾਂ, ਟੀ ਚਲੋ ਸਲਿਊਸ਼ਨ ਨਾ ਵੀ ਹੋਵੇ ਐਟਲੀਸਟ ਆਪਾਂ ਸਮਝ ਤਾਂ ਸਕਦੇ ਹਾਂ ਨਾ ਪ੍ਰੋਬਲਮਸ ਵੀ ਕਿਉਂ ਹੁੰਦੀਆਂ ਨੇ। ਅਤੇ ਸਭ ਤੋਂ ਵੱਡਾ ਕੁਸਚਨ ਜਿਹੜੇ ਮੇਰੇ ਦਿਮਾਗ 'ਚ ਆਉਂਦਾ ਹੈ ਇਸ ਟਾਈਮ 'ਤੇ ਪੰਜਾਬ ਨੂੰ ਲੈ ਕੇ ਸਪੈਸੀਫਿਕਲੀ, ਉਹ ਆਉਂਦਾ ਹੈ ਕਿ ਅੱਜ ਕੱਲ੍ਹ ਉਸ ਟਾਈਮ ਵੀ ਉਹੀ ਹੈ ਜੂਨ ਜੁਲਾਈ ਦੇ ਵਿੱਚ ਜਿਹੜਾ ਹੁੰਦਾ, ਕਿ ਜਿਹੜਾ ਝੋਨਾ ਹੁੰਦਾ, ਝੋਨਾ ਪੰਜਾਬ ਦੇ ਵਿੱਚ ਕਿੰਨਾ ਲਾਇਆ ਜਾਂਦਾ, ਚੌਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵੀ ਅਸੀਂ ਆਪਾਂ ਬਚਪਨ 'ਚ ਵੀ ਜਾਂਦੇ ਹੁੰਦੇ ਸੀ ਛੁੱਟੀਆਂ ਛਾਟੀਆਂ 'ਚ, ਆਪਣੇ ਮਾਮੇ ਜਿਹੜੇ ਹੁੰਦੇ ਸੀ ਬੜੇ ਬਿਜ਼ੀ ਹੁੰਦੇ ਸੀ ਉਸ ਟਾਈਮ 'ਤੇ ਵੀ ਚੌਲ ਵਗੈਰਾ ਪਨੀਰੀ ਲਾਉਣ ਦੇ ਵਿੱਚ, ਅਤੇ ਇੰਨੇ ਵੱਡੇ ਲੈਵਲ 'ਤੇ ਸਾਰੇ ਇਹਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ ਕਿ ਪੰਜਾਬ ਦੇ ਵਿੱਚ ਬਹੁਤ ਹੀ ਅੰਨਾ ਧੁੰਦ ਜਿਵੇਂ ਕਹਿੰਦੇ ਨੇ ਕਿ ਝੋਨੇ ਪਿੱਛੇ ਪਿਆ ਹੋਇਆ ਕਿਸਾਨ, ਨਾ ਮੈਂ ਕਿਸਾਨਾਂ ਨੂੰ ਖੁਸ਼ ਦੇਖਿਆ, ਅਤੇ ਨਾ ਮੈਂ ਸਰਕਾਰ ਨੂੰ ਵੀ ਨਹੀਂ ਇਹਦੇ 'ਤੇ ਬਹੁਤ ਜ਼ਿਆਦਾ ਖੁਸ਼ ਦੇਖਿਆ, ਹੈ ਨਾ, ਅਤੇ ਹਰ ਕੋਈ ਇਹਨੂੰ ਕ੍ਰਿਟੀਸਾਈਜ਼ ਹੀ ਕਰਦਾ, ਇਨਵਾਇਰਮੈਂਟ ਨੂੰ ਕਿੰਨਾ ਲੋਕ ਗਾਲਾਂ ਕੱਢਦੇ ਨੇ ਵੀ ਇਨਵਾਇਰਮੈਂਟ ਕਿੰਨਾ ਖਰਾਬ ਹੁੰਦਾ ਝੋਨਾ ਲਾਉਣ ਦੇ ਨਾਲ, ਫਿਰ ਵੀ ਲਾਉਂਦੇ ਹਰੇਕ ਸਾਲ ਉਹੀ ਸੇਮ, ਕਹਿੰਦੇ ਨੇ ਮੁੜ ਕੁੜ ਖੁੱਤੀ ਬੋਰਡ ਥੱਲੇ ਵੀ ਉਹੀ ਚੱਕਰ 'ਚ ਲਾਇਆ ਹੋਇਆ ਇਹਨੂੰ ਲਾਉਣ ਦਾ। ਅਤੇ ਮੋਹਨਜੀਤ, ਅਸੀਂ ਤਾਂ ਦੂਰ ਬੈਠੇ ਹਾਂ ਇੱਥੇ ਵੀ, ਥੋੜ੍ਹਾ ਘੱਟ ਸਮਝਦੇ ਹਾਂ ਖੇਤੀਬਾੜੀ ਦੇ ਮਾਮਲਿਆਂ ਨੂੰ, ਤੂੰ ਥੋੜ੍ਹਾ ਨੇੜੇ ਹੈਗਾ ਅਤੇ ਤੂੰ ਔਰਗੈਨਿਕ ਫਾਰਮਿੰਗ ਵਗੈਰਾ ਵੀ ਟਰਾਈ ਕੀਤੀ ਹੈ, ਅਤੇ ਅਸੀਂ ਤੇਰੇ ਤੋਂ ਸਮਝਣਾ ਚਾਹੁੰਦੇ ਹਾਂ ਕਿ ਪ੍ਰੋਬਲਮ ਹੈ ਕੀ, ਇਹਦੀ ਜੜ ਕੀ ਹੈ, ਅਤੇ ਇਹਦਾ ਜੇ ਕੋਈ ਸੋਲੂਸ਼ਨ ਹੈਗਾ ਤਾਂ ਕੀ ਹੋ ਸਕਦਾ, ਪਰ ਪਹਿਲਾਂ ਪ੍ਰੋਬਲਮ ਸਮਝਾ ਕਿ ਪ੍ਰੋਬਲਮ ਹੈ ਕੀ। ਹਾਂ ਨਹੀਂ, ਇਹ ਜਿਹੜੀ ਪ੍ਰੋਬਲਮ ਆ ਨਾ, ਮੇਨ ਤਾਂ ਗੱਲ ਇਹ ਆਇਆ ਕਿ ਨਾ ਉਹੀ ਜਿਹੜੀ ਤੁਸੀਂ ਗੱਲ ਕੀਤੀ ਕਿ ਹਰ ਕੋਈ ਬੰਦਾ 99% ਕੀ ਮੈਂ ਕਹਿੰਦਾ 100% ਹੀ ਲਗਾ ਲਓ ਕਿ ਜਦੋਂ ਝੋਨੇ ਦੀ ਗੱਲ ਆਉਂਦੀ ਆ ਉਹ ਹਮੇਸ਼ਾ ਨੈਗੇਟਿਵ ਹੀ ਗੱਲ ਕਰ ਰਿਹਾ, ਚਾਹੇ ਉਹ ਸਾਇੰਟਿਸਟ ਲਗਾ ਲਓ, ਚਾਹੇ ਉਹ ਨਾ ਸਿਟੀ ਦਾ ਬੰਦਾ ਲਗਾ ਲਓ, ਚਾਹੇ ਪਿੰਡ ਦਾ ਬੰਦਾ ਲਗਾ ਲਓ, ਸਾਰੇ ਕਹਿ ਦਿੰਦੇ ਨੇ ਜੀ ਪਾਣੀ ਵੀ, ਪਾਣੀ ਬਰਬਾਦ ਕਰਤਾ ਜੀ ਇਹਦੇ ਕਰਕੇ, ਦਿੱਲੀ ਵਾਲੇ ਕਹੀ ਜਾਂਦੇ ਨੇ ਇਸ ਦੀ ਨਾੜ ਨੂੰ ਅੱਗ ਲਾਉਣੀ ਪੈਂਦੀ, ਇਸ ਕਰਕੇ ਸਾਡੇ ਧੂੰਆਂ ਹੋ ਜਾਂਦਾ, ਪੋਲਿਊਸ਼ਨ ਹੋ ਜਾਂਦਾ, ਹੈ ਪੈਸਟੀਸਾਈਡ ਬਹੁਤ ਜ਼ਿਆਦਾ ਯੂਜ਼ ਹੋ ਰਿਹਾ, ਪਰ ਬਿਜਲੀ ਬਿਜਲੀ ਸਾਰੀ ਉਧਰ ਦੇਣੀ ਪੈਂਦੀ ਹੈ, ਬਿਜਲੀ ਦੇਣੀ ਪੈਂਦੀ ਹੈ, ਸਮਰ ਚ
ਬਿਜਲੀ ਦੇਣੀ ਪੈ ਰਹੀ ਆ, ਵਾਟਰ ਵਾਟਰ ਕ੍ਰਾਈਸਿਸ ਆ ਗਏ ਇਹਦੇ ਕਰਕੇ, ਤੇ ਫਿਰ ਇਹ ਵੀ ਕਹਿੰਦੇ ਨੇ ਆਪਾਂ ਖਾਂਦੇ ਵੀ ਨੀ ਹੈਗੇ ਜਿਹੜੀ ਪੈਡੀ ਲਗਾਉਂਦੇ ਨੇ, ਉਹ ਖਾਂਦੇ ਵੀ ਨੀ ਲੋਕ ਜਿਹੜੀ ਆਲੀ ਪੈਡੀ ਆ ਨਾ, ਜਿਹੜੀ ਆਪਾਂ ਤਾਂ ਬਾਸਮਤੀ ਵਗੈਰਾ ਖਾਂਦੇ ਆ ਲੋਕ ਜ਼ਿਆਦਾ ਤਾਂ, ਜਿਹੜੇ ਨਾਰਥ ਇੰਡੀਅਨ ਤਾਂ ਬਾਸਮਤੀ ਖਾਂਦੇ ਨੇ ਤੇ ਖਾਂਦੇ ਵੀ ਨੀ ਹੈਗੇ, ਤੇ ਲਗਾਉਣ ਵੀ ਦੇਖੋ ਜਿਹੜੇ ਆ ਰਹੇ ਨੇ ਉਹ ਯੂਪੀ ਬਿਹਾਰ ਤੋਂ ਆਉਂਦੇ ਨੇ, ਲਗਾ ਕੇ ਉੱਥੇ ਚਲੇ ਜਾਂਦੇ ਨੇ ਵਾਪਿਸ, ਹੈ ਫਿਰ ਸਾਰਾ ਝੋਨਾ ਵੀ ਉੱਥੇ ਚਲੇ ਜਾਂਦਾ, ਉਹਨਾਂ ਨੂੰ ਰਾਸ਼ਨ ਕਾਰਡਾਂ 'ਚ ਵੰਡਿਆ ਜਾਂਦਾ, ਤੇ ਇੱਕ ਤਰੀਕੇ ਨਾਲ ਨਾ ਇਹ ਜਿਵੇਂ ਉਹ ਸੈਰੋਗੇ ਸੀ, ਆਪਾਂ ਇੱਕ ਵਾਰੀ ਐਪੀਸੋਡ ਕੀਤਾ ਸੀ, ਉਹ ਕਨਸੈਪਟ ਹੀ ਆ ਕਿ ਉਹ ਸਿਰਫ ਪੰਜਾਬ ਦੇ ਵਿੱਚ ਨਾ ਆਪਣਾ ਬੀਜ ਪਾ ਕੇ ਆਪਣਾ ਖਾਣਾ ਲੈ ਕੇ ਮੁੜ ਜਾਂਦੇ ਨੇ, ਉਹ ਆਉਂਦੇ ਨੇ ਰੇਲ ਗੱਡੀਆਂ ਭਰ ਕੇ ਆਪ ਹੀ ਲਗਾਉਂਦੇ ਨੇ ਪੰਜਾਬ ਦੀ ਜ਼ਮੀਨ 'ਚੋਂ, ਤੇ ਫਿਰ ਮੁੜ ਕੇ ਉਹਨਾਂ ਆਪਣਾ ਬੱਚੇ ਨੂੰ ਵੀ ਨਾਲ ਹੀ ਲੈ ਜਾਂਦੇ ਨੇ ਉੱਧਰ, ਪੰਜਾਬ ਦੀ ਲੈਂਡ ਇੱਕ ਤਰੀਕੇ ਦੀ ਉਹ ਬਣ ਗਈ ਆ ਸੈਰੋਗੇਸੀ, ਜਿਹੜੀ ਹਾਂ ਜਿਹੜੀ ਦੂਜੀ ਮਦਰ ਹੁੰਦੀ ਆ ਯੂਜ਼ ਕਰਨ ਵਾਲੀ ਮਦਰ, ਕਿ ਉਹਨੂੰ ਸਿਰਫ ਇੱਕ ਯੂਜ਼ ਕਰ ਲੈਂਦੇ ਨੇ, ਕੱਢ ਲੈਂਦੇ ਨੇ ਉਹਦੇ ਵਿੱਚੋਂ એનર્ਜੀ ਕੱਢ ਕੇ ਲੈ ਜਾਂਦੇ ਨੇ, ਤੇ ਲੈਂਡ ਦਾ ਹੀ ਬੁਰਾ ਹਾਲ ਹੋ ਗਿਆ ਹੁਣ ਤਾਂ, ਹੁਣ ਤਾਂ ਇੰਨੇ ਸਾਲਾਂ ਤੋਂ ਚੱਲੇ ਆ ਰਿਹਾ, ਲੈਂਡ ਦਾ ਵੀ ਕੁਛ ਰਿਹਾ ਨਹੀਂ, ਮੈਨੂੰ ਤਾਂ ਇੱਦਾਂ ਲੱਗਦਾ ਵੀ ਪਾਣੀ ਦੀ ਵੀ ਪ੍ਰੋਬਲਮ ਆ ਗਈ, ਲੈਂਡ ਦੀ ਉਪਜ ਦੀ ਵੀ ਪ੍ਰੋਬਲਮ ਆ ਗਈ, ਹੁਣ ਤਾਂ ਉਹ ਖਤਮ ਹੀ ਹੋ ਗਿਆ ਆਲਮੋਸਟ ਕੰਮ ਹੈ ਸਾਰਾ, ਇੱਦਾਂ ਲੱਗਦਾ। ਹਾਂ, ਤੇ ਮੈਂ ਹੁਣ ਜਿਵੇਂ ਵੀਡੀਓਜ਼ ਵਗੈਰਾ ਬੜੀਆਂ ਆ ਰਹੀਆਂ ਨੇ ਇਹਦੇ ਉੱਤੇ, ਯੂਟਿਊਬ 'ਤੇ ਆ ਜਾਂਦੀਆਂ ਨੇ, ਫੇਸਬੁੱਕ 'ਤੇ ਆ ਜਾਂਦੀਆਂ ਨੇ, ਕਿਸਾਨ ਨੇਤਾ ਬੜਾ ਕੁਛ ਕਹਿ ਰਹੇ ਨੇ, ਅਤੇ ਕਾਫੀ ਗੌਰਮੈਂਟਸ ਨੇ ਵੀ, ਇਨਫੈਕਟ ਆ ਭਗਵੰਤ ਮਾਨ ਦੀ ਗੌਰਮੈਂਟ ਨੇ ਵੀ ਅਤੇ ਸੈਂਟਰ ਗੌਰਮੈਂਟ ਵੀ ਪਹਿਲਾਂ ਇਹ ਕਹਿ ਰਹੀ ਸੀਗੀ ਕਿ ਅਸੀਂ MSP ਹੋਰ ਫਸਲਾਂ ਦੀ ਵੀ ਦੇਵਾਂਗੇ, ਦੋਨਾਂ ਦੀ ਨਹੀਂ ਦੇਵਾਂਗੇ। ਇਨਫੈਕਟ ਭਗਵੰਤ ਮਾਨ ਨੇ ਤਾਂ ਮੂੰਗੀ ਵਗੈਰਾ ਦੀ ਟਰਾਈ ਵੀ ਕੀਤੀ ਸੀਗੀ ਇੱਕ ਵਾਰੀ, ਮੂੰਗੀ ਦੀ MSP ਬੰਨੀ ਵੀ ਸੀ ਇਹਨਾਂ ਨੇ, ਅਤੇ ਫਿਰ ਉਹ ਫੇਲ ਫੂਲ ਜਿਹਾ ਹੋ ਗਿਆ ਸੀ, ਮਤਲਬ ਜ਼ਿਆਦਾ ਚੱਲਿਆ ਨਹੀਂ ਸੀਗਾ, ਅਤੇ ਉਹ ਫਿਰ ਮੁੜ ਬਣਾ ਗਏ, ਉਸ ਤੋਂ ਬਾਅਦ ਕਾਮਯਾਬ ਨਹੀਂ ਹੋਇਆ ਸੀ ਉਹ। ਅਤੇ ਹੁਣ ਗੱਲ ਇਹ ਹੈਗੀ ਕਿ ਲੋਕ ਲਗਾਉਂਦੇ ਕਿਉਂ ਨੇ, ਅਤੇ ਇਹ ਲਾ ਕੇ ਚੱਲੋ ਜਦੋਂ ਗ੍ਰੀਨ ਰੈਵੋਲਿਊਸ਼ਨ ਆਈ ਆ, ਆਪਾਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਉਦੋਂ ਤੁਹਾਨੂੰ ਯਾਦ ਹੋਊਗਾ ਆਪਾਂ ਨੂੰ ਕਿਤੇ ਕਿਤੇ ਨਾ ਕਪਾਹ ਵੀ ਮਿਲਦੀ ਸੀ ਚੁਗਣ ਨੂੰ ਕਦੀ ਕਦੀ, ਆਪਣੇ ਪਿੰਡ ਜਾਂਦੇ ਹੁੰਦੇ ਸੀਗੇ, ਬੜਾ ਮਜ਼ਾ ਆਉਂਦਾ ਹੁੰਦਾ ਸੀਗਾ ਨਾਲ ਆਪਣੇ ਮਾਸੀਆਂ ਦੇ ਨਾਲ, ਪਿੱਛੇ ਬੰਨ ਕੇ ਅਸੀਂ ਵੀ ਜਾਂਦੇ ਹੁੰਦੇ ਸੀ ਨਾਲ ਚਾ ਚਾ ਦੇ ਵਿੱਚ, ਬੜਾ ਗੰਨੇ ਵੀ ਦੇਖੇ ਹੋਏ ਹੋਊਗਾ, 80 ਦਾ ਦਸ਼ਕ ਹੋਊਗਾ ਆਪਾਂ, 1980 ਦੇ ਨੇੜੇ ਤੇਰੇ, ਹਨਾ ਬਬਲੀ? ਹਾਂ, ਮੇਰੀ ਤਾਂ ਮੈਮਰੀ ਉਦੋਂ ਦੀ ਹੋਈ ਹੈ, 80 ਤੋਂ ਪਹਿਲਾਂ ਦੀ ਮੇਰੀ ਹੈ ਹੀ ਨਹੀਂ ਮੈਮਰੀ ਹੈਗੀ। ਉਧਰ ਖੇਤ ਪਰਲੇ ਚ ਕਪਾਹ ਹੈਗੀ ਪਰ ਨਾਲ ਲੱਗਦਾ ਸੀ, ਪਰ ਝੋਨਾ ਤਾਂ ਸੀਗਾ ਉਦੋਂ ਸਟਾਰਟ। ਗੰਨੇ ਵੀ ਦੇਖੇ ਨੇ, ਸਰਦੀਆਂ ਚ ਆਉਂਦੇ ਹੁੰਦੇ ਸੀ ਤਾਂ ਗੰਨੇ ਹੁੰਦੇ ਸੀ, ਮੱਕੀ ਵੀ ਹੁੰਦੀ ਸੀ ਉਸ ਟਾਈਮ ਤੇ ਮਾੜੀ ਮੋਟੀ, ਮੱਕੀ ਵੀ ਦੇਖੀ ਹੋਈ ਹੈ। ਹਾਂ ਹਾਂ, ਗੰਨੇ ਮੱਕੀ। ਹਾਂ ਨਹੀਂ, ਮੇਰਾ ਮੇਨ ਜਿਹੜਾ ਮੈਂ ਤੁਹਾਨੂੰ ਪੁਆਇੰਟ ਤੇ ਲੈ ਕੇ ਆਉਣਾ ਚਾਹ ਰਿਹਾ, ਉਹ ਲੈ ਕੇ ਆ ਰਿਹਾ ਚਾਹ ਰਿਹਾ ਕਿ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਪਿੰਡ ਜਾਂਦੇ ਸੀ, ਬਿਲਕੁਲ ਮੈਂ ਤਾਂ ਚਲੋ ਬਹੁਤ ਜ਼ਿਆਦਾ ਛੋਟਾ ਸੀ, ਮੈਨੂੰ ਤਾਂ ਘੱਟ ਯਾਦ ਆ, ਮੈਨੂੰ ਤਾਂ ਮਾੜਾ ਮੋਟਾ ਕੋਈ ਕਪਾਹ ਦਾ ਇੱਕ ਅੱਧਾ ਸੀਨ ਜਿਹਾ ਯਾਦ ਆ, ਕਿਉਂਕਿ ਆਪਣਾ ਰੀਜਨ ਜਿਹੜਾ ਹੈਗਾ ਮਲੇਰਕੋਟਲਾ ਬੈਲਟ ਆਪਣੀ, ਮਲੇਰਕੋਟਲਾ ਦੇ ਕੋਲੇ ਦਸੌਂਦਾ ਸਿੰਘ ਵਾਲਾ ਪਿੰਡ ਪੈਂਦਾ ਆਪਣਾ, ਅਤੇ ਨਾਨਕੇ ਸਾਡੇ ਮੋਹੜੀ ਕਲਾਂ ਹੈਗੇ ਨੇ, ਅਤੇ ਉੱਥੇ ਮਤਲਬ ਬਹੁਤ ਛੋਟੇ, ਮੈਨੂੰ ਲੱਗਦਾ ਮੈਂ 4-5 ਸਾਲ ਦਾ ਹੋਊਂਗਾ ਜਦੋਂ ਜਾ ਕੇ ਆਪਾਂ 85 ਦੇ ਆਸ ਪਾਸ ਦੀ ਗੱਲ ਮੰਨੀਏ, ਆਪਾਂ 85 ਦੇ ਆਸ ਪਾਸ ਆਪਾਂ ਕਪਾਹ ਦੇਖਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਤੇ ਉਸ ਝੋਨਾ ਦੇਖਦੇ, ਮਤਲਬ ਝੋਨਾ ਥੋੜਾ ਬਹੁਤ ਹੁੰਦਾ ਸੀ, ਕਪਾਹ ਕਣਕ ਮੱਕੀ ਗੰਨੇ ਹਨਾ ਇਹੋ ਜਿਹਾ ਕੁਛ, ਤੇ ਆਪਾਂ ਉਦੋਂ ਇੱਕ ਮਸ਼ੀਨ ਵੀ ਦੇਖਦੇ ਹੁੰਦੇ ਸੀ ਆਪਣੇ ਪਿੰਡ ਖੜੀ ਹੁੰਦੀ ਸੀ ਮੂੰਗਫਲੀਆਂ ਕੱਢਣ ਵਾਲੀ, ਉਹ ਨੀ ਆਪਾਂ ਦੇਖੀ ਕਦੀ, ਮੂੰਗਫਲੀ ਨੀ ਦੇਖੀ ਪਰ ਆਪਾਂ ਕਦੀ। ਰੇਤਲਾ ਇਲਾਕਾ ਸੀ ਉੱਥੇ ਮੂੰਗਫਲੀ ਲਾਈ ਜਾਂਦੀ ਸੀਗੀ ਤੇ ਉਹ ਮਸ਼ੀਨ ਨਾਲ ਕੱਢੀ ਜਾਂਦੀ ਸੀਗੀ।
ਮਤਲਬ ਸਰੋਂ ਤਾਂ ਮਤਲਬ ਜਦੋਂ ਤੁਸੀਂ ਕਣਕ ਲਗਾ ਲੈਂਦੇ ਓਹਦੇ ਨਾਲ ਨਾਲ ਕਰਦੇ ਨੇ ਅੱਜ ਵੀ, ਪਰ ਉਹ ਸਕੇਲ ਨੀ ਹੈਗਾ ਜਿਹੜਾ ਪਹਿਲਾਂ ਹੁੰਦਾ ਸੀਗਾ। ਤੇ ਹੌਲੀ ਹੌਲੀ ਮਤਲਬ ਕਿ ਮਲਟੀ ਕ੍ਰੋਪਿੰਗ ਤੋਂ ਮੋਨੋਕਲਚਰ ਵੱਲ ਸ਼ਿਫਟ ਆਈ ਆ। ਮਤਲਬ 70s 80s ਤੋਂ ਬਾਅਦ ਨਾ ਮਤਲਬ ਲੋਕਾਂ ਨੇ ਜਿਹੜੇ ਮਤਲਬ ਮੋਟਾ ਸੀਗਾ ਕਿ 80 ਦੇ ਵਿੱਚ ਨਾ ਲੋਕ ਆਪਣੇ ਵਾਸਤੇ ਖੇਤੀ ਕਰਦੇ ਸੀ, ਕਾਫੀ ਲੋਕਲ ਬਾਜ਼ਾਰ ਸੀਗਾ, ਲੋਕਲ ਸੇਲ ਸੀਗੀ, ਕਿਸੇ ਨੇ ਮੂੰਗਫਲੀ ਵੇਚਤੀ, ਕਿਸੇ ਨੇ ਝੋਨਾ ਵੇਚਤਾ, ਝੋਨਾ ਤਾਂ ਘੱਟ ਸੀ, ਛੋਲੇ ਵੀ ਲਾਏ, ਬਹੁਤ ਜਾਂਦੀ ਲਾਏ ਜਾਂਦੇ ਸੀ ਕਿਉਂਕਿ ਆਪਾਂ ਬਹੁਤ ਖਾਂਦੇ ਸੀ ਪੰਜਾਬ ਦੇ ਲੋਕ, ਦਾਲਾਂ ਬੇਸਣ ਹੋਇਆ, ਲੱਡੂ ਹੋ ਗਿਆ, ਤੇ ਸਾਰੇ ਛੋਲਿਆਂ ਦੀ ਤਾਂ ਹੀ ਤਾਂ ਇੰਨਾ ਵਧੀਆ ਜਿਵੇਂ ਕਹਿ ਲਓ ਕਿ ਖਾਣਾ ਵੀ ਵਧੀਆ ਮੰਨਿਆ ਜਾਂਦਾ ਸੀਗਾ ਛੋਲਿਆਂ ਨਾਲ, ਤੇ ਉਹ ਵੀ ਹੁਣ ਬਹੁਤ ਘੱਟ ਹੋ ਗਏ ਲੱਗਣੇ। ਤੇ ਹੁਣ ਪਰ ਲੈ ਦੇ ਕੇ ਐਂਡ ਦੇ ਵਿੱਚ ਹੁਣ ਦੋ ਕ੍ਰੋਪਸ ਮੇਨ ਕ੍ਰੋਪ ਬਣ ਗਿਆ ਨੇ ਪੰਜਾਬ ਦੀਆਂ, ਪੰਜਾਬ ਹਰਿਆਣਾ ਵੈਸਟਰਨ ਯੂਪੀ ਦੀਆਂ, ਉਹ ਹੈਗੀ ਨੀ ਵੀਟ ਤੇ ਰਾਈਸ, ਦੋ ਕ੍ਰੋਪ ਦਾ ਸਰਕਲ ਹੀ ਬਣ ਗਿਆ। ਬਾਕੀ ਸਾਰਾ ਕੁਛ ਕਿਸਾਨ ਬਾਜ਼ਾਰ ਤੋਂ ਖਰੀਦਦਾ, ਇਹ ਦੋ ਚੀਜ਼ਾਂ ਦਿੰਦਾ ਬਸ ਬਾਜ਼ਾਰ ਨੂੰ, ਤੇ ਬਾਕੀ ਸਾਰਾ ਕੁਛ ਬਾਜ਼ਾਰ ਤੋਂ ਆਪਾਂ ਖਰੀਦਦੇ ਹਾਂ। ਤੇ ਮੈਂ ਨਾ ਇਹਨੂੰ ਤੁਹਾਨੂੰ ਲਿੰਕ ਕਰੂੰਗਾ, ਇੱਕ ਕਮਲਜੀਤ ਹੇਰ ਨੇ ਨਾ ਬੜਾ ਸੋਹਣਾ ਇੱਕ ਦਿਨ ਉਹਦੇ ਫਰੈਂਡ ਦੀ ਗੱਲ ਦੱਸੀ, ਤਾਂ ਕਮਲਜੀਤ ਹੇਰ ਜੀ ਨੂੰ ਨਾ ਫੋਨ ਆਇਆ ਕਿ ਭਾਈ ਇੱਕ ਉਹਨਾਂ ਦਾ ਫਰੈਂਡ ਸੀ, ਉਹ ਕਹਿੰਦੇ ਯਾਰ ਮੈਨੂੰ ਨਾ, ਮੈਂ ਡਾਕਟਰ ਦੇ ਗਿਆ ਤੇ ਡਾਕਟਰ ਨੇ ਮੇਰੇ ਟੈਸਟ ਕੀਤੇ ਤੇ ਡਾਕਟਰ ਕਹਿੰਦਾ ਕਿ ਭਾਈ ਤੇਰੇ 'ਚ ਤਾਂ ਆਇਰਨ ਦੀ ਕਮੀ ਹੋ ਗਈ। ਤੇ ਕਮਲਜੀਤ ਹੇਅਰ ਕਹਿੰਦਾ, ਉਹਨੇ ਕਮਲਜੀਤ ਹੇਅਰ ਨੂੰ ਫੋਨ ਲਾਇਆ ਕਿ ਯਾਰ ਮੈਂ ਤਾਂ ਬਹੁਤ ਵਧੀਆ ਖੁਰਾਕ ਖਾਂਦਾ, ਮੈਂ ਤਾਂ ਬੜਾ ਖਾਂਦਾ ਸਾਰਾ ਕੁਛ, ਮੇਰੇ 'ਚ ਆਇਰਨ ਦੀ ਕਮੀ ਕਿਵੇਂ ਹੋ ਗਈ? ਹੈਂ ਕਮਲਜੀਤ ਹੇਅਰ ਕਹਿੰਦਾ, ਲੈ ਤੇਰੇ 'ਚ ਕਿਵੇਂ ਆਇਰਨ ਦੀ ਕਮੀ ਆ? ਤੂੰ ਕਹਿੰਦਾ ਕਿਵੇਂ ਗਿਆ ਸੀ ਡਾਕਟਰ ਦੇ? ਕਹਿੰਦਾ ਮੈਂ ਕਾਰ ਤੇ ਗਿਆ ਸੀ। ਕਹਿੰਦਾ ਕਾਰ ਕਾਹਦੀ ਬਣੀ ਸੀਗੀ? ਕਹਿੰਦਾ ਕਾਰ ਆਇਰਨ ਦੀ ਬਣੀ ਸੀਗੀ। ਹੈ ਕਹਿੰਦਾ ਫਿਰ ਤੇਰੇ 'ਚ ਆਇਰਨ ਦੀ ਕਮੀ ਕਿਵੇਂ ਹੋ ਸਕਦੀ ਹੈ? ਤੇਰੇ ਕੋਲ ਤਾਂ ਇੰਨਾ ਆਇਰਨ ਆ, ਹੈ ਤੇਰੇ ਕੋਲ ਤਾਂ ਇੰਨਾ ਲੋਹਾ, ਤੇਰੇ 'ਚ ਆਇਰਨ ਦੀ ਕਮੀ ਕਿਵੇਂ ਹੋ ਗਈ? ਉਹ ਕਹਿੰਦਾ ਯਾਰ ਨਹੀਂ, ਮੇਰੀ ਖੁਰਾਕ 'ਚ ਆਇਰਨ ਦੀ ਕਮੀ ਹੋ ਗਈ, ਡਾਕਟਰ ਨੇ ਐਂ ਕਿਹਾ। ਹੁਣ ਉਹ ਕਹਿੰਦਾ ਖੁਰਾਕ ਕਿੱਥੋਂ ਨਿਕਲਦੀ ਸੀ? ਕਹਿੰਦਾ ਖੁਰਾਕ ਜ਼ਮੀਨ 'ਚੋਂ ਨਿਕਲਦੀ ਆ। ਹੁਣ ਕਹਿੰਦਾ ਜਿਹੜੀ ਜ਼ਮੀਨ 'ਚ ਆਇਰਨ ਪਿਆ ਸੀ ਉਹਦੀ ਤਾਂ ਤੂੰ ਕਾਰ ਬਣਾ ਕੇ ਬਹਿ ਗਿਆ। ਜਦੋਂ ਜ਼ਮੀਨ 'ਚ ਜਿਹੜਾ ਜ਼ਮੀਨ 'ਚ ਜਿਹੜੀ ਆਇਰਨ ਸੀ ਉਹਦੇ 'ਚ ਤਾਂ ਤੂੰ ਕਾਰ ਬਣਾ ਕੇ ਬਹਿ ਗਿਆ, ਹੁਣ ਤੇਰੇ ਕੋਲ ਆਇਰਨ ਵੀ ਬਹੁਤ ਆ ਪਰ ਤੇਰੇ ਅੰਦਰ ਕਮੀ ਵੀ ਬਹੁਤ ਆ ਤੇਰੇ 'ਚ, ਤਾਂ ਤੂੰ ਇਹ ਨਹੀਂ ਕਹਿ ਸਕਦਾ ਮੇਰੇ 'ਚ ਇੱਕ ਆਇਰਨ ਦੀ ਕਮੀ ਆ। ਤੂੰ ਬਹੁਤ ਵਧੀਆ, ਮਤਲਬ ਉਹਨੇ ਨਾ ਆਪਾਂ ਇਹ ਨਹੀਂ ਸੋਚਦੇ ਵੀ ਐਕਸਪਲੋਇਟ ਕਰਦੇ ਆ ਜਦੋਂ ਧਰਤੀ ਨੂੰ, ਮਤਲਬ ਤੁਹਾਨੂੰ ਮਗਰੋਂ ਸਮਝ ਆਉਂਦਾ ਕਿ ਆਪਾਂ ਲੱਗਦਾ ਧਰਤੀ ਤਾਂ ਕੰਬਣੀ ਆ, ਆਇਰਨ ਉਈ ਰੱਖੀ ਬੈਠੀ ਆ ਵਿੱਚ, ਤੇ ਆਪਾਂ ਆਇਰਨ ਕੱਢ ਲਈਏ, ਆਪਾਂ ਕਾਰਾਂ 'ਚ ਬਹਿ ਜਾਈਏ, ਉਹ ਬਾਕੀ ਜਿਹੜਾ ਬਚ ਜੂ ਮਿੱਟੀ 'ਚ ਆਪਾਂ ਖੁਰਾਕ ਖਾ ਲਾਂਗੇ, ਉਹਨੂੰ ਕੀ ਆ? ਖੁਰਾਕ ਦਾ ਮਤਲਬ ਕਣਕ ਹੁੰਦੀ ਆ, ਕੋਈ ਕਹਿੰਦਾ ਖੁਰਾਕ ਮਤਲਬ ਚੌਲ ਹੁੰਦੀ ਆ, ਹਨਾ, ਕੋਈ ਕਹਿੰਦਾ ਖੁਰਾਕ ਮਤਲਬ ਬੀਫ ਹੁੰਦੀ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਖੁਰਾਕ ਸਾਰਿਆਂ ਮਤਲਬ ਜਿੰਨੀ ਕੁ ਤੁਹਾਡੀ ਸਮਝ ਆ ਉਨੀ ਕੁ ਸਮਝ ਹੁਣ ਸਮਝ ਆਇਆ ਕਿ ਆਇਰਨ ਹੁੰਦਾ ਵਿੱਚ, ਠੀਕ ਆ ਨਾ। ਹੁਣ ਪਤਾ ਨਹੀਂ ਅੱਗੇ ਜਾ ਕੇ ਹੋਰ ਕੀ ਸਮਝ ਆ ਜਾਊਗਾ, ਜਿਵੇਂ ਜਿਵੇਂ ਸਮਝ ਆਈ ਜਾਊਗਾ ਉਵੇਂ ਉਵੇਂ ਉਹ ਦਵਾਈਆਂ ਦੇ ਵਿੱਚ ਆਈ ਜਾਊਗਾ ਕਿ ਤੁਹਾਡੇ 'ਚ ਆਹ ਕਮੀ ਆ, ਤੁਹਾਡੇ 'ਚ ਆਹ ਕਮੀ ਆ, ਫਿਰ ਆਪਾਂ ਕਹਾਂਗੇ ਯਾਰ ਕਮੀ ਕਿਵੇਂ ਆ? ਕਮੀ ਆਪਣੇ ਸਾਰਾ ਸਮਾਨ ਆਪਾਂ ਸੋਨਾ ਬਾਹਰ ਕੱਢ ਲਿਆ ਜ਼ਮੀਨ 'ਚੋਂ, ਲੋਹਾ ਬਾਹਰ ਕੱਢ ਲਿਆ, ਤੇ ਇਹ ਮੈਂ ਤਾਂ ਐਗਜ਼ਾਮਪਲ ਦਿੱਤਾ ਕਿ ਜਿਹੜਾ ਝੋਨੇ ਦਾ ਸੀਨ ਆ ਨਾ ਤੁਹਾਨੂੰ ਇਹਦੇ ਨਾਲ ਸਮਝ ਆਊਗਾ ਐਗਜ਼ਾਮਪਲ ਨਾਲ। ਹੁੰਦਾ ਕੀ ਸੀਗਾ, ਜਦੋਂ ਆਪਾਂ ਸਾਰੇ ਜੰਗਲਾਂ 'ਚ ਰਹਿੰਦੇ ਸੀ, ਹੰਟਰ ਗੈਦਰਰ ਹੁੰਦੇ ਸੀ ਪਹਿਲਾਂ, ਤੇ ਸਭ ਤੋਂ ਕੋਈ ਚੁਸਤ ਬੰਦੇ ਦਾ ਦਿਮਾਗ ਚੱਲਿਆ ਹੋਣਾ ਜਿਹਨੂੰ ਤੁਸੀਂ ਰਿਸਰਚਰ ਕਹਿ ਲਓ, ਕਿ ਜਿਹੜਾ ਕਹਿੰਦਾ ਕਿ ਯਾਰ ਮੈਨੂੰ ਆਪਾਂ ਤਾਂ ਉਈ ਕਮਲਿਆਂ ਵਾਂਗੂ ਸਾਰਾ ਦਿਨ ਹੰਟਿੰਗ ਗੈਦਰਿੰਗ ਕਰਦੇ ਫਿਰਦੇ ਹਾਂ,
ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਕਿ ਭਾਈ ਤੁਸੀਂ ਗਾਂ ਨੂੰ ਬੰਨ ਲਓ, ਹੈ ਨਾ ਇਹ ਭੱਜੂਗੀ, ਠੀਕ ਆ, ਨਾ ਆਪਾਂ ਨੂੰ ਹੰਟਿੰਗ ਕਰਨੀ ਪੈਣੀ, ਨਾ ਗੈਦਰਿੰਗ ਕਰਨੀ ਪੈਣੀ, ਜਦ ਇਹ ਗੈਦਰਿੰਗ ਇਹ ਕਰੇ ਆਪਾਂ ਇਹਨੂੰ ਰੱਸਾ ਪਾ ਲੈਂਦੇ ਹਾਂ, ਇਹ ਸਾਰਾ ਦਿਨ ਚਰੀ ਜਾਊਗੀ, ਮੁੜ ਕੇ ਇਹਨੂੰ ਖਿੱਚ ਲਿਆ ਕਰਾਂਗੇ ਰੱਸੇ ਨਾਲ, ਜਿੰਨਾ ਇਹਨੇ ਸਾਰੇ ਦਿਨ ਚ ਚਰਿਆ ਆਪਾਂ ਦੁੱਧ ਚ ਪੀ ਲਿਆ ਕਰਾਂਗੇ, ਸਮਝ ਗਏ? ਮਤਲਬ ਆਪਾਂ ਮਿਹਨਤ ਕਿਉਂ ਕਰੀਏ, ਆਪਾਂ ਆਰਾਮ ਨਾਲ ਮੰਜੇ ਤੇ ਲਿਟੀਏ, ਆਪਾਂ ਪਈਏ, ਆਪਾਂ ਗੱਪਾਂ ਛੱਪਾਂ ਮਾਰੀਏ, ਇਹਨੂੰ ਚਰ ਲੈਣ ਦੋ। ਤਾਂ ਇੱਥੋਂ ਮਤਲਬ ਮੈਨੂੰ ਲੱਗ ਰਿਹਾ ਕਿ ਸਟਾਰਟਿੰਗ ਹੋਈ ਕਿ ਕਾਹਨੂੰ ਹਿਰਨਾ ਮਗਰ ਭੱਜੀ ਜਾਣਾ ਯਾਰ, ਆਪਾਂ ਕੀ ਕਰੀਏ, ਆਪਾਂ ਆਪਣੀ ਗਾਂ ਨੂੰ ਜਗ੍ਹਾ ਦੇਈਏ, ਗਾਂ ਵੀ ਨਾਲ ਰਲ ਗਈ, ਗਾਂ ਨੂੰ ਐਂ ਲੱਗਿਆ ਯਾਰ ਠੀਕ ਆ ਯਾਰ, ਕਿ ਮੈਨੂੰ ਤਾਂ ਖੁੱਲ੍ਹਾ ਮੈਦਾਨ ਮਿਲਣਗੇ, ਨਾ ਸ਼ੇਰ ਦਾ ਡਰ ਨਾ ਵਾਸਤਾ। ਤਾਂ ਇਹਨਾਂ ਦੀ ਸੈਟਿੰਗ ਹੋ ਗਈ ਗਾਂ ਤੇ ਬੰਦੇ ਦੀ, ਤਾਂ ਗਾਂ ਬੰਦੇ ਨੇ ਗਾਂ ਨਾਲ ਸੈਟਿੰਗ ਕਰ ਲਈ, ਗਾਂ ਨੇ ਬੰਦੇ ਨਾਲ ਸੈਟਿੰਗ ਕਰ ਲਈ, ਆਪਾਂ ਕਹਿਤਾ ਯਾਰ ਤੈਨੂੰ ਆਹ ਦੇਖ ਲਾ 10 ਕਿੱਲੇ ਪਏ ਨੇ, ਤੇਰੇ ਵਿੱਚ ਕੋਈ ਖੰਘ ਦਾ ਨਹੀਂ, ਤੇਰੇ ਮੂਹਰੇ ਨਾ ਸ਼ੇਰ ਆਵੇ ਨਾ ਹਿਰਨ ਆਵੇ, ਚਰੀ ਚੱਲ ਜਿਵੇਂ ਮਰਜ਼ੀ। ਤਾਂ ਗਾਂ ਨੂੰ ਵੀ ਮੌਜ ਲੱਗੀ, ਉਹ ਵੀ ਇਹਨਾਂ ਦੀ ਸਬੋਰਡੀਨੇਟ ਬਣ ਗਈ ਇੱਕ ਤਰੀਕੇ ਦੀ। ਤੇ ਆਪਾਂ ਇੱਥੋਂ ਮਤਲਬ ਜੋ ਮੈਂ ਅੱਜ ਤੱਕ ਸਮਝਿਆ, ਜਾਂ ਜੋ ਸਾਡੀ ਵਰਕਸ਼ਾਪ ਹੁੰਦੀ ਹੈ ਰਿਸ਼ੀ ਮੀਰਨ ਸ਼ਾਹ ਦੀ, ਉਹ ਕਹਿੰਦਾ ਕਿ ਪ੍ਰੋਬਲਮ ਉਦਣ ਖੜੀ ਹੋਈ ਹੈ ਜਿੱਦਣ ਕਿ ਆਪਾਂ ਕਿਹਾ ਕਿ ਦਿਸ ਇਜ਼ ਮਾਈ ਪੀਸ ਆਫ ਲੈਂਡ, ਕਿ ਇਹ ਮੇਰੀ ਜ਼ਮੀਨ ਆ, ਹੁਣ ਇੱਥੇ ਦੱਸੋ ਕਿਹੜਾ ਕਿਹੜਾ ਮੇਰੇ ਨਾਲ ਚੱਲੂ, ਤੇ ਜਿਹੜਾ ਨਹੀਂ ਚੱਲੂ ਉਹ ਗੈਟ ਆਊਟ ਹੋ ਜਾਵੇ, ਉਹਨੂੰ ਬਾਹਰ ਕੱਢਤਾ। ਤੇ ਉੱਥੋਂ ਬੰਦੇ ਨੇ ਪਹਿਲਾਂ ਇਹ ਸਿਸਟਮ ਬਦਲਿਆ, ਜਿਹਦੇ 'ਚ ਕਿ ਬੰਦਾ ਕਹਿੰਦਾ ਕਿ ਉਹਨੂੰ ਕਿ ਮੇਰੇ ਹਿਸਾਬ ਨਾਲ ਦੁਨੀਆ ਚੱਲਦੀ ਆ, ਮੇਰੇ ਵਾਸਤੇ ਦੁਨੀਆ ਮੈਨੂੰ ਕੀ ਹੰਟਨ ਗੈਦਰਿੰਗ ਕਰਨੀ ਲੋੜ ਆ। ਫਿਰ ਉਹਨੇ ਦੇਖਿਆ ਕਿ ਯਾਰ ਇਸ ਤੋਂ ਵੀ ਗਾਹਾਂ ਜਾਇਆ ਜਾ ਸਕਦਾ, ਇਹ ਤਾਂ ਦਿਮਾਗ ਨੇ ਕਾਮਯਾਬ ਹੋ ਗਈ ਸਕੀਮ, ਗਾਹਾਂ ਲਈ ਸਕੀਮ ਕਾਮਯਾਬ ਕਰਨ। ਉਹ ਕਹਿੰਦਾ ਯਾਰ ਦੁੱਧ ਦਾ ਯਾਰ ਮੱਖਣ ਕੱਢ ਲਈਏ, ਮਤਲਬ ਹੋਰ ਕੰਡੈਂਸ ਕਰ ਲਓ ਇਹਨੂੰ, ਹੈ। ਤਾਂ ਉਹਨੇ ਟ੍ਰਾਇਲ ਕੀਤੇ ਰਿਸਰਚਰ ਨੇ, ਤੇ ਉਹਨੇ ਭਾਈ ਦੁੱਧ ਤੋਂ ਮੱਖਣ ਕੱਢ ਲਿਆ, ਤੇ ਮੱਖਣ ਤੇ ਲੱਸੀ ਕੱਢ ਲਿਆ, ਪਾਣੀ ਦੁੱਧ ਮਤਲਬ ਉਹ ਚ ਪਾਣੀ ਵੀ ਕੱਢਤਾ, ਅੱਡ ਇੱਕ ਤਰੀਕੇ ਦਾ ਲੱਸੀ ਚ ਫੈਟ ਫੂਟ ਘੱਟ ਨੇ, ਹੈ। ਤਾਂ ਉਹਨੇ ਭਾਈ ਉਹ ਕਹਿੰਦਾ ਲੈ ਇਹਦਾ ਹੋਰ ਮੌਜ ਲੱਗ ਗਈ, ਹੁਣ ਮੈਨੂੰ ਇੰਨਾ ਸਾਰਾ ਦੁੱਧ ਪੀਣ ਦੀ ਵੀ ਲੋੜ ਨਹੀਂ, ਮੈਂ ਤਾਂ ਇੰਨੇ ਸਾਰੇ ਦੁੱਧ ਚ ਇੰਨਾ ਕੁ ਮੱਖਣ ਬਣਾ ਲੂੰ, ਤੇ ਮੈਂ ਮੱਖਣ ਖਾਊਂਗਾ ਜ਼ਿਆਦਾ ਤੋਂ ਜ਼ਿਆਦਾ, ਘੱਟੋ ਘੱਟ ਮਿਹਨਤ ਚ ਮੇਰੇ ਅੰਦਰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਮੈਨੂੰ ਕਿਵੇਂ ਹੋਵੇ, ਮੇਨ ਗੱਲ ਇਹ ਸੀਗੀ। ਤੇ ਉਦੋਂ ਉਹਨੇ ਭਾਈ ਆਪਣਾ ਕਿਸੇ ਨੂੰ ਦੱਸਿਆ ਕਿ ਮੈਂ ਤੈਨੂੰ ਸਕੀਮ ਦੱਸਾਂ, ਜਾਂ ਤੂੰ ਐਂ ਕਰਕੇ ਨਾ ਮੇਰੇ ਵਾਸਤੇ ਲੱਸੀ ਰਿੜਕ, ਤੇ ਪਹਿਲਾਂ ਤਾਂ ਆਪ ਰਿੜਕੀ ਹੋਣੀ, ਫਿਰ ਵੀ ਮਿਹਨਤ ਲੱਗੀ ਹੋਣੀ ਰਿੜਕਣ ਨੂੰ ਵੀ, ਫਿਰ ਕਹਿੰਦਾ ਕਿ ਯਾਰ ਆ ਇਹ ਤੋਂ ਵੀ ਮੈਂ ਬਾਹਰ ਜਾਵਾਂ, ਮੈਂ ਇੱਕ ਚੇਲਾ ਚਪਾਟਾ ਰੱਖ ਲਾਂ। ਉਹਨੇ ਚੇਲਾ ਚਪਾਟਾ ਰੱਖ ਲਿਆ, ਉਹਨੇ ਕਿਹਾ ਕਿ ਤੂੰ ਲੱਸੀ ਰਿੜਕ ਦੇਖ, ਮੈਂ ਤੈਨੂੰ ਮੱਖਣ ਖਵਾਊਂਗਾ ਨਾਲ, ਉਹਨੂੰ ਚਮਚਾ ਕੁ ਮੱਖਣ ਉਹਨੂੰ ਦੇਤਾ। ਤਾਂ ਉਹ ਲੱਸੀ ਰਿੜਕਣ ਲੱਗ ਗਿਆ, ਤਾਂ ਉਹ ਅੱਗੇ ਲੰਘ ਗਿਆ, ਅੱਗੇ ਲੰਘ ਕੇ ਉਹਨੇ ਉਹਦਾ ਘਿਓ ਬਣਾਉਣਾ ਸਿੱਖ ਲਿਆ। ਤੇ ਉਹ ਐਂ ਨਾ ਮਤਲਬ ਉਹ ਕੀ ਕਰੀ ਗਿਆ, ਉਹ ਕਹਿੰਦਾ ਕਿ ਮੈਂ ਘੱਟੋ ਘੱਟ ਕੰਮ ਕਰਾਂ ਤੇ ਮੈਨੂੰ ਵੱਧ ਤੋਂ ਵੱਧ ਫਾਇਦਾ ਹੋਵੇ, ਬਸ ਸਿੰਪਲ ਗੇਮ ਆ। ਰਿਸਰਚਰ ਕਹਿੰਦਾ ਕਿ ਹਾਂ ਕਿ ਮੈਨੂੰ ਫਾਇਦਾ ਕਿਵੇਂ ਹੁੰਦਾ, ਮੈਂ ਮਿਹਨਤ ਘੱਟੋ ਘੱਟ ਕਰਨੀ ਆ। ਇਹਨੂੰ ਆਪਾਂ ਦਿਮਾਗ ਕਹਿ ਦਿੰਦੇ ਹਾਂ ਕਿ ਬੰਦੇ ਦਾ ਦਿਮਾਗ ਬੜਾ ਤੇਜ਼ ਆ, ਬਈ ਬੰਦੇ ਦਾ ਬੜਾ ਦਿਮਾਗ ਤੇਜ਼ ਆ, ਜਗਾੜੂ ਆ, ਬੰਦਾ ਬਹੁਤ ਸਾਇੰਟਿਸਟ ਆਪਾਂ ਐਂ ਕਹਿ ਦਿੰਦੇ ਹਾਂ ਲੋਕਾਂ ਨੂੰ। ਤੇ ਹੁਣ ਉਸੇ ਦੇ ਪੁਆੜੇ ਪਾਏ ਹੋਏ ਨੇ ਜਿਹੜੇ ਅੱਜ ਕਹਿ ਰਹੇ ਨੇ ਕਿ ਕਹਿੰਦਾ ਮੇਰੇ ਖਾਣੇ 'ਚ ਆਇਰਨ ਦੀ ਕਮੀ ਆ ਗਈ, ਕਿਉਂਕਿ ਉਹ ਬੰਦੇ ਨੂੰ ਸਮਝ ਆ ਗਿਆ ਕਿ ਚੀਜ਼ਾਂ ਨੂੰ ਕੁਦਰਤ ਨੂੰ ਅੱਡ ਅੱਡ ਕਿਵੇਂ ਕਰਨਾ, ਵੱਖਰਾ ਵੱਖਰਾ ਕਿਵੇਂ ਕਰਨਾ, ਕੁਦਰਤ ਨਾਲ ਛੇੜਖਾਨੀ ਕਿਵੇਂ ਕਰਨੀ ਆ। ਤੇ ਹੁਣ ਕੀ ਹੋਇਆ, ਹੁਣ ਆਪਾਂ ਆਉਂਦੇ ਹਾਂ ਝੋਨੇ ਦੀ ਪ੍ਰੋਬਲਮ ਤੇ। ਤੇ ਜਿਹੜਾ ਆਪਣਾ ਇੰਡੀਆ ਹੈਗਾ ਨਾ, ਇਹਨੂੰ ਥੋੜ੍ਹਾ ਜੋਗ੍ਰਾਫਿਕਲੀ ਜੇ ਸਮਝੀਏ, ਆਪਾਂ ਹਿਮਾਲਿਆ ਨੂੰ ਸਭ ਤੋਂ ਨਵਾਂ ਪਹਾੜ ਕਿਹਾ ਜਾਂਦਾ, ਸਭ ਤੋਂ ਨਵਾਂ ਪਹਾੜ ਕਿਹਾ ਜਾਂਦਾ ਹਿਮਾਲਿਆ ਨੂੰ, ਅੱਜ ਵੀ ਕਹਿੰਦਾ ਉਹਦੀ ਇੰਚ ਕੁਛ ਨਾ ਕੁਛ ਵੱਧ ਹੀ ਆ ਚੜ੍ਹਾਈ ਉੱਤੇ ਨੂੰ ਹੁੰਦਾ।
ਤੇ ਜਿਹੜਾ ਆਪਣਾ ਇੰਡੀਆ ਥੱਲੇ ਵਾਲਾ ਪੱਖ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਿਹਾਰ ਉੜੀਸਾ ਵਗੈਰਾ, ਇਹ ਜੁੜਿਆ ਆਪਣੇ ਨਾਲ ਆ ਕੇ ਇੱਧਰਲੇ ਪਾਸੇ ਆ ਕੇ, ਇਹ ਦੋ ਪਲੇਟਾਂ ਜੁੜਦੀਆਂ ਨੇ ਉਰੇ ਆ ਕੇ, ਤਾਂ ਹੀ ਉੱਥੇ ਅਰਥਕੁਏਕ ਜ਼ੋਨ ਵੀ ਕਿਹਾ ਜਾਂਦਾ ਇਸ ਸਾਰੇ ਜ਼ੋਨ ਨੂੰ, ਜਿਹੜਾ ਹਿਮਾਲੇ ਦਾ ਜ਼ੋਨ ਆ ਆਪਾਂ ਜਿੱਥੇ ਬੈਠੇ ਆ ਚੰਡੀਗੜ੍ਹ ਵਗੈਰਾ ਪੰਜਾਬ, ਇਹਨੂੰ ਅਰਥਕੁਏਕ ਦਾ ਜ਼ੋਨ ਕਿਹਾ ਜਾਂਦਾ, ਕਿਤੇ ਕਦੇ ਵੀ ਜ਼ੋਨ ਆ ਸਕਦਾ। ਹੁਣ ਜਿਹੜੇ ਲੋਕ ਤਾਂ ਥੱਲੇ ਸੀਗੇ ਪਲੇਟ ਦੇ ਵਿੱਚ, ਥੱਲੋਂ ਪਲੇਟ ਆ ਰਹੀ ਸੀ, ਇਹਦੇ ਵਿੱਚ ਸਮੁੰਦਰ ਹੁੰਦਾ ਸੀ, ਉਹਨਾਂ ਨੂੰ ਆਪਾਂ ਦ੍ਰਵਿਦੀਅਨਸ ਕਹਿ ਦਿੰਦੇ ਹਾਂ। ਇਹ ਥੋੜੇ ਰੰਗ ਦੇ ਪੱਕੇ ਨੇ, ਥੋੜਾ ਕੱਦ ਕਾਠ ਛੋਟਾ ਹੈ, ਤੇ ਜਿਹੜੇ ਆਪਾਂ ਆਰੀਅਨਸ ਆ, ਆਪਾਂ ਉੱਪਰੋਂ ਆਏ ਹਾਂ, ਆਪਾਂ ਕਹਿ ਕੇ ਮੰਨ ਕੇ ਚੱਲੋ ਕਿ ਆਪਾਂ ਰਸ਼ੀਆ ਚੋਂ, ਰਸ਼ੀਆ ਵੱਲੋਂ ਆਏ ਹਾਂ, ਤੇ ਆਪਾਂ ਲੰਬੇ ਚੌੜੇ ਸੀ, ਆਪਾਂ ਰੰਗ ਵੀ ਆਪਣਾ ਪੱਕਾ ਸਾਫ਼ ਆ ਉਹਨਾਂ ਦੇ ਮੁਕਾਬਲੇ, ਕੱਦ ਕਾਠ ਵੀ ਜ਼ਿਆਦਾ ਕਿਉਂਕਿ ਅਸੀਂ ਠੰਡੇ ਏਰੀਏ 'ਚੋਂ ਆਏ ਹਾਂ। ਤੇ ਹੁਣ ਜਦੋਂ ਦੋਨੇ ਪਲੇਟਾਂ ਰਲ ਗਈਆਂ, ਤੇ ਜਿਹੜੇ ਤਾਂ ਰਸ਼ੀਆ ਵਾਲੇ ਪਾਸੇ ਉੱਪਰੋਂ ਆ ਰਹੇ ਸੀਗੇ, ਇਹਨਾਂ ਨੂੰ ਤਾਂ ਇਹ ਤਾਂ ਲੁੱਟਦੇ ਹੀ ਆ ਰਹੇ ਨੇ ਪਿੱਛੋਂ। ਇਹਨਾਂ ਨੇ ਤਾਂ ਪਹਿਲਾਂ ਇਹਦੇ 'ਚ ਲੁੱਟਿਆ, ਅਰਬ 'ਚ ਲੁੱਟਿਆ, ਫਿਰ ਰੂਸ 'ਚ ਲੁੱਟਿਆ, ਲੁੱਟਦੇ ਲੁੱਟਦੇ ਫਿਰ ਰਾਜਸਥਾਨ 'ਚ ਬੜੇ ਨੇ, ਰਾਜਸਥਾਨ 'ਚ ਲੁੱਟਦੇ ਰੇਤਾ ਕਰ। ਤੂੰ ਕਹਿ ਰਿਹਾ ਸੀ ਆਪਾਂ ਸਾਰੇ ਲੁਟੇਰੇ ਆ ਬੇਸਿਕਲੀ, ਹੈ ਇਹ ਕਹਿ ਰਹੇ? ਅਜਿਪਟ ਦੇ ਵਿੱਚ ਤੁਸੀਂ ਪਿਰਾਮਿਡ ਦੇਖਦੇ, ਉੱਥੇ ਰੇਤਾ ਹੀ ਰੇਤਾ। ਜਿੱਥੇ ਵੀ ਇਹ ਲੁਟੇਰਾ ਬ੍ਰੇਨ ਗਿਆ, ਜਿਹੜਾ ਚਾਲੂ ਬ੍ਰੇਨ ਸੀਗਾ, ਜਿਹਨੂੰ ਪਤਾ ਕਿ ਭਾਈ ਧਰਤੀ 'ਚੋਂ ਅੱਡ ਅੱਡ ਕਰਕੇ ਫਾਇਦਾ, ਵੱਧ ਤੋਂ ਵੱਧ ਫਾਇਦਾ ਕਿਵੇਂ ਕੱਢਣਾ, ਉੱਥੇ ਰੇਤਾ ਹੀ ਕਰਦਾ ਜਾਂਦਾ। ਉਹ ਇੱਕ ਤਰੀਕੇ ਨੇ, ਮੈਂ ਕਹਿੰਦਾ ਟਰੈਕਟਰ ਮਗਰ ਵਾਢਾ ਹੀ ਵੱਢਦਾ ਜਾਂਦਾ, ਰੇਤਾ ਹੀ ਕਰਦਾ ਜਾਂਦਾ ਪਿੱਛੇ ਪਿੱਛੇ। ਹੁਣ ਉਹ ਕਰਦਾ 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 ਉਹ ਪਹੁੰਚ ਗਿਆ ਪੰਜਾਬ, ਆਪਾਂ ਜਿਹੜੀ ਧਰਤੀ ਦੀ ਗੱਲ ਕਰ ਰਹੇ ਹਾਂ ਉਹ ਪੰਜਾਬ ਪਹੁੰਚ ਗਿਆ। 1900 ਲਾ ਲ ਕੇ ਚਲੋ 50-55 ਤੱਕ ਨਾ ਉਹਦਾ ਸੰਕਟ ਸਿਰਫ ਇੰਨਾ ਸੀ ਦਿਮਾਗ ਕਿ ਭਾਈ ਮੈਂ ਰੋਟੀ ਪਾਣੀ ਖਾਣਾ, ਤੇ ਬਸ ਇਹਦੇ ਨਾਲ ਵੱਧ ਤੋਂ ਵੱਧ ਕੀ ਲੱਕੜ ਵਰਤ ਲੈਂਦਾ ਸੀ ਬੰਦਾ, ਆਪਾਂ ਨੂੰ ਯਾਦ ਹੁੰਦਾ ਸੀ ਛੋਟੇ ਹੁੰਦੇ, ਮੈਨੂੰ ਵੀ ਯਾਦ ਆ ਗਿਆ ਆਪਣੇ ਪਾਥੀਆਂ ਨਹੀਂ ਜਿਹੜੇ ਮਤਲਬ ਕੁਰਸੀਆਂ ਲੱਕੜ ਦੀਆਂ ਹੁੰਦੀਆਂ ਸੀ ਆਪਣੇ ਛੋਟੇ ਹੁੰਦੇ, ਸਾਰੀਆਂ ਕੁਰਸੀ ਲੱਕੜ ਦੀ, ਪੇਚਕਸ ਮੈਨੂੰ ਯਾਦ ਆ, ਪੇਚਕਸ ਦੇ ਹੈਂਡਲ ਲੱਕੜ ਦੇ ਹੁੰਦੇ ਸੀ ਆਪਣੇ ਘਰੇ, ਅੱਜ ਵੀ ਸ਼ਾਇਦ ਫਿਰਦਾ ਹੋਵੇ ਕੋਈ। ਚਾਕੂ ਹੁੰਦਾ ਸੀ, ਚਾਕੂ ਦੇ ਉੱਤੇ ਵੀ ਲੱਕੜ ਦਾ ਹੈਂਡਲ ਹੁੰਦਾ ਸੀਗਾ, ਹਰੇਕ ਚੀਜ਼ 'ਚ ਹਰੇਕ ਚੀਜ਼ 'ਚ ਲੱਕੜ ਵਰਤੀ ਜਾਂਦੀ ਸੀ। ਤਾਂ ਉਹ ਜਿੰਨੀ ਉਹਨੇ ਲੱਕੜ ਸੀ, ਦਰਖਤ ਛੱਡਿਆ ਨੀ ਉਹਨੇ, ਲੱਕੜ ਜਿਉਂ ਲੱਕੜ ਦੇ ਉੱਤੇ ਵਾਢਾ ਵੱਢ ਲਿਆ, ਹਰੇਕ ਚੀਜ਼ ਲੱਕੜ ਦੀ ਬਣਾਉਂਦਾ ਰਿਹਾ। ਪਰ ਜਦੋਂ ਇਹ ਆਇਆ ਭਾਈ 1950 ਤੋਂ ਬਾਅਦ, ਮੰਨ ਕੇ ਚਲੋ 50-60 ਤੋਂ ਬਾਅਦ ਇੰਡੀਆ ਦੇ ਵਿੱਚ, ਬਾਹਰ ਤਾਂ ਪਹਿਲਾਂ ਹੋ ਗਈ ਇਹ ਚੀਜ਼, ਉਦੋਂ ਆਈ ਇੰਡਸਟਰੀਲਾਈਜੇਸ਼ਨ ਦਾ ਜ਼ੋਰ। ਜਦੋਂ ਇੰਡਸਟਰੀਲਾਈਜੇਸ਼ਨ ਦਾ ਜ਼ੋਰ ਆਇਆ, ਤਾਂ ਇਹਨਾਂ ਨੇ ਦੇਖਿਆ ਕਿ ਭਾਈ ਹੁਣ ਉਹ ਜਿਹੜਾ ਬੰਦਾ ਦਾ ਦਿਮਾਗੀ ਸੀ, ਤੇਜ਼ ਸੀ, ਉਹਨੂੰ ਪਤਾ ਯਾਰ ਮੈਂ ਕਿੰਨੀ ਕੁ ਖੁਰਾਕ ਖਾ ਲੂੰ, ਮੱਖਣ ਕਿੰਨਾ ਕੁ ਖਾ ਲੂੰ, ਘਿਓ ਕਿੰਨਾ ਕੁ ਖਾ ਲੂੰ। ਉਹ ਕਹਿੰਦਾ ਯਾਰ ਇਹ ਤਾਂ ਮੇਰੇ ਵਾਸਤੇ ਬਹੁਤ ਹੋ ਗਿਆ, ਹੁਣ ਮੈਂ ਘਿਓ ਵੀ ਮੇਰੇ ਘਰੇ ਵਾਧੂ ਪਿਆ, ਜਿਹੜਾ ਸਭ ਤੋਂ ਅਮੀਰ ਬੰਦਾ ਪਿਆ ਉੱਤੇ, ਹੈ ਨਾ, ਜਿਹੜੇ ਲੋਕ ਨੇ, ਕਹਿੰਦਾ ਘਿਓ ਵੀ ਵਾਧੂ ਆ ਮੇਰੇ ਕੋਲ, ਮੇਰੇ ਕੋਲ ਭਾਈ ਰੋਟੀ ਕਣਕ ਦਾ ਵੀ ਬਹੁਤ ਅਨਾਜ ਆ, ਮੇਰੇ ਤਾਂ ਇੰਨੀ ਪੀੜ੍ਹੀਆਂ ਤਾਂ ਮੁੱਕਣਾ ਹੀ ਨਹੀਂ ਅਨਾਜ ਮੇਰੇ ਕੋਲ। ਹੁਣ ਉਹ ਕਹਿੰਦਾ ਯਾਰ ਗੱਡੀਆਂ ਗੁੱਡੀਆਂ ਚਾਹੀਦੀਆਂ ਨੇ, ਹੈ, ਤਾਂ ਉਹ ਕਹਿੰਦੇ ਭਾਈ ਗੱਡੀਆਂ ਗੁੱਡੀਆਂ ਚਾਹੀਦੀਆਂ ਨੇ, ਤਾਂ ਗੱਡੀਆਂ ਤਾਂ ਲੱਕੜ ਦੀਆਂ ਬਣਨਗੀਆਂ ਨੀ, ਹੁਣ ਉਹ ਬਣੂਗਾ ਮਿਨਰਲਸ ਦਾ। ਤਾਂ ਹੁਣ ਮਿਨਰਲਸ ਜਿਹੜੇ ਪਏ ਸੀ, ਆਪਾਂ ਤਾਂ ਆਪਣੀ ਪਲੇਟ ਸਾਰੀ ਕੱਢ ਲਈ ਸੀਗੀ ਜਿਹੜੀ ਆਪਾਂ ਉੱਪਰੋਂ ਆਏ ਹਾਂ ਜਿਹੜੇ ਏਰੀਏ ਚੋਂ, ਹੁਣ ਉਹ ਮਿਨਰਲ ਬਚ ਗਿਆ ਸੀ ਉਹ ਥੱਲੇ ਦ੍ਰਵਿਡੀਅਨਸ ਦੀ ਪਲੇਟ 'ਚ, ਉਹ ਹੈਗਾ ਉੜੀਸਾ, ਝਾਰਖੰਡ, ਜਿਹੜਾ ਆਪਾਂ ਬੰਗਾਲ ਵਾਲਾ ਪੱਖ ਕਹਿ ਲੈਂਦੇ ਹਾਂ, ਜਿਹੜੀ ਥੱਲੇ ਵਾਲੀ ਪਲੇਟ ਰਹਿ ਗਈ ਸੀ ਜਿਹੜੀ ਆ ਕੇ ਮਗਰੋਂ ਜੁੜੀ ਆਪਣੇ ਆਪਣੇ ਇੱਧਰਲੀ ਪਲੇਟ ਨਾਲ ਜੁੜੀ ਆ, ਉਹ ਜਿਹੜੇ ਇਹ ਆਪਾਂ ਜਿਹਨਾਂ ਨੂੰ ਆਦਿਵਾਸੀ ਕਹਿ ਦਿੰਦੇ ਹਾਂ, ਉਹਨਾਂ ਦੀ ਜਗ੍ਹਾ 'ਚ ਉਹਨਾਂ ਨੇ ਲੁੱਟ ਖੋਹ ਨਹੀਂ ਕੀਤੀ। ਤਾਂ ਉਹਨਾਂ ਨੇ ਤਾਂ ਅੱਜ ਵੀ ਉਦੋਂ ਤੱਕ ਹੰਟਿੰਗ ਗੈਦਰ ਕਰਦੇ ਰਹੇ, ਉਹਨਾਂ ਦਾ ਮਾਰਦੇ ਸੀ, ਆਪਣਾ ਖਾ ਲੈਂਦੇ ਸੀ, ਬਸ ਸੌ ਜਾਂਦੇ ਸੀ, ਇੱਥੇ ਤੱਕ ਉਹਨਾਂ ਨੇ ਆਪਣੀ ਜ਼ਿੰਦਗੀ ਰੱਖੀ ਆ। ਨਾ ਉਹਨਾਂ ਨੇ ਲੱਕੜ ਬਹੁਤੀ ਵਰਤੀ ਆ, ਨਾ ਉਹਨਾਂ ਨੇ ਸੰਦ ਵਰਤੇ, ਨਾ ਉਹਨਾਂ ਨੇ ਖੇਤੀਆਂ ਕੀਤੀਆਂ, ਤਾਂ ਉਹਨਾਂ ਦੇ ਉੱਥੇ ਤਾਂ ਸਮਾਨ ਪਿਆ,
ਬਹੁਤ ਸਮਾਨ ਪਿਆ, ਮਿਨਰਲ ਵੀ ਪਿਆ, ਲੱਕੜ ਵੀ ਪਈ ਆ, ਸਭ ਕੁਝ ਪਿਆ। ਤਾਂ ਜਿਹੜਾ ਉੱਤੋਂ ਚਾਲੂ ਦਿਮਾਗ ਆਇਆ ਨਾ, ਇਹ ਕਹਿੰਦਾ ਯਾਰ ਉਹਨਾਂ ਨੂੰ ਕਿਸੇ ਤਰੀਕੇ ਨਾਲ ਟਕਾਇਆ ਜਾਵੇ ਤੇ ਉਹਨਾਂ ਦੇ ਜੰਗਲਾਂ ਤੇ ਕਾਬੂ ਕੀਤਾ ਜਾਵੇ। ਤੇ ਉਹਨੇ ਫਿਰ ਸਕੀਮ ਕੱਢੀ ਕਿ ਆਹ ਲੋਕਾਂ ਨੂੰ ਨਾ ਕਣਕ ਖਵਾ ਕੇ ਦੇਖੋ ਭਾਈ, ਉਹਨਾਂ ਨੂੰ ਕਣਕ, ਕਿਉਂਕਿ ਉਹ ਨਾ ਉਸ ਏਰੀਆ 'ਚ ਕਣਕ ਨਹੀਂ ਹੁੰਦੀ, ਜਦੋਂ ਕਣਕ ਨੂੰ ਠੰਡ ਚਾਹੀਦੀ ਆ, ਤਾਂ ਉਹਨਾਂ ਨੂੰ ਸਵਾਦ ਵੀ ਸੈੱਟ ਨਹੀਂ ਆਇਆ ਤੇ ਕਣਕ ਤੋਂ ਜ਼ਿਆਦਾ ਨਾ ਝੋਨੇ ਦਾ ਝਾੜ ਜ਼ਿਆਦਾ ਆ ਗਿਆ, ਇਹਨਾਂ ਨੇ ਰਿਸਰਚ ਦੇ ਵਿੱਚ ਕੀਤਾ। ਤਾਂ ਉਹ ਕਹਿੰਦੇ ਯਾਰ ਇਹ ਤਾਂ ਬਾਹਲਾ ਵਧੀਆ ਹੋ ਗਿਆ, ਕਣਕ ਆਪਾਂ ਨੂੰ ਮਹਿੰਗੀ ਪੈਂਦੀ ਹੈ ਕਿੱਲੇ 'ਚੋਂ, ਮੰਨ ਕੇ ਚਲੋ 20 ਕੁਇੰਟਲ ਨਿਕਲਦੀ ਆ, ਇਹ 30-35 ਨਿਕਲ ਆਉਂਦਾ, ਤਾਂ ਇਹਨਾਂ ਨੂੰ ਝੋਨੇ 'ਤੇ ਹੀ ਲਾਓ, ਇਹਨਾਂ ਨੂੰ ਇਹੋ ਜਿਹੀ ਚੀਜ਼ 'ਤੇ ਲਾਓ ਜਿਹੜੀ ਘੱਟ ਵੱਧ ਤੋਂ ਵੱਧ ਜ਼ਮੀਨ 'ਚੋਂ ਐਕਸਪਲੋਇਟ ਹੋਵੇ, ਅਤੇ ਇਹਨਾਂ ਨੂੰ ਆਪਾਂ ਆਪਾਂ ਇਹਨਾਂ ਨੂੰ ਟਕਾਈਏ, ਇਹਨਾਂ ਤੋਂ ਜੰਗਲ ਲੈ ਲਈਏ ਕਿਸੇ ਤਰੀਕੇ ਨਾਲ। ਤਾਂ ਇਹ ਜਿੰਨੇ ਵੀ ਝੋਨੇ ਦੀ ਸਕੀਮ ਆ, ਇਹ ਸਕੀਮ ਸੀਗੀ ਕਿ ਇਹ ਲੋਕਾਂ ਨੂੰ ਜੰਗਲਾਂ ਤੋਂ ਬਾਹਰ ਕੱਢੋ, ਕਿਉਂਕਿ ਜਦੋਂ ਤੁਸੀਂ ਉੱਥੇ ਜੰਗਲਾਂ ਦੇ ਵਿੱਚ ਇਹਨਾਂ ਦੇ ਮਿਨਰਲਸ ਪਏ ਨੇ, ਲੋਹਾ ਕੱਢਣ ਜਾਂਦੇ ਹੋ, ਤਾਂ ਇਹ ਅੜਦੇ ਨੇ, ਕਹਿੰਦੇ ਨੇ ਭਾਈ ਤਾਂ ਸਾਡੀ, ਹਾਂ ਇਹ ਕਹਿੰਦੇ ਨੇ ਸਾਡੀ ਜ਼ਮੀਨ ਆ, ਅਸੀਂ ਤਾਂ ਉਰੇ ਹੰਟਿੰਗ ਗੈਦਰਿੰਗ ਕਰਨੀ ਆ, ਹਨਾ, ਅਸੀਂ ਤਾਂ ਉਰੇ ਸ਼ਿਕਾਰ ਕਰਦੇ ਹਾਂ ਭਾਈ, ਇਹ ਸਾਡੀ ਜ਼ਮੀਨ ਆ। ਇਹ ਕਹਿੰਦੇ ਲੈ ਤੈਨੂੰ ਕੀ ਸ਼ਿਕਾਰ ਕਰਨ ਦੀ ਲੋੜ ਹੈ, ਤੈਨੂੰ ਬੈਠੇ ਨੂੰ ਚੌਲ ਦੇਵਾਂਗੇ, ਠੀਕ ਆ। ਤਾਂ ਇਹ ਲੋਕਾਂ ਨੂੰ ਹੌਲੀ ਹੌਲੀ ਇਹਨਾਂ ਨੇ ਗੌਰਮੈਂਟਾਂ ਬਣਾਈਆਂ, ਗੌਰਮੈਂਟਾਂ ਕਰਕੇ ਜਿਵੇਂ ਹੁਣ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ 5-7% ਵੀ ਜੰਗਲ ਨਹੀਂ ਹੈਗਾ ਪੰਜਾਬ 'ਚ ਨਾ ਹਰਿਆਣੇ 'ਚ, ਹੈ ਤੇ, ਪਰ ਜਿਹੜੇ ਇਹਨਾਂ ਦੇ ਜ਼ੋਨ ਨੇ ਇੱਥੇ 90-90% ਲਾ ਕੇ ਚੱਲੋ, ਕਈ ਜਗ੍ਹਾ ਤਾਂ ਜੰਗਲ ਆ ਸਾਰਾ। ਹੁਣ ਜਿਹੜੇ ਜਿਹੜੀ ਸਟੇਟ ਦੀ ਪ੍ਰੋਪਰਟੀ ਤੇ ਹੱਕ ਤਾਂ ਲੋਕਾਂ ਦਾ ਹੀ ਹੁੰਦਾ ਨਾ, ਹੁਣ ਜੇ ਕੋਈ ਸਟੇਟ ਆ ਉੜੀਸਾ ਜਾਂ ਝਾਰਖੰਡ ਆ, ਉੱਥੇ ਤੇ ਲੋਕਾਂ ਦੇ ਹੱਕ ਹੋਊਗਾ ਉਹਦੇ ਉੱਤੇ, ਤੇ ਹੁਣ ਹੁਣ ਉਹ ਜੰਗਲ ਤਾਂ ਲੋਕਾਂ ਦੇ ਬੱਜਣਗੇ ਨਾ। ਜਿਹੜੇ ਪੋਲੀਟੀਸ਼ੀਅਨਸ ਨੇ ਉਹ ਬਹੁਤ ਉਹਨਾਂ ਦਾ ਪੂਰਾ ਹੱਥ ਮਿਲੇ ਹੋਏ ਨੇ ਗੈਂਗਸਟਰਸ ਦੇ ਨਾਲ, ਇਕੱਠੇ ਮਿਲ ਕੇ ਮਾਈਨਿੰਗ ਕਰਦੇ ਨੇ, ਇਹ ਪੁੱਠੇ ਸਿੱਧੇ ਕੰਮ ਕਰਦੇ ਨੇ, ਤੇ ਪੋਲੀਟਿਕਸ ਵੀ ਇਨਵੋਲਵਡ ਹੈ ਕਾਫੀ ਮਾਈਨਿੰਗ ਕਰਨ ਦੇ ਵਿੱਚ ਉਸ ਸਾਈਡ ਨੂੰ। ਹਾਂ, ਤਾਂ ਜੇ ਤੁਸੀਂ ਵੱਡੇ ਵੱਡੇ ਸ਼ਹਿਰ ਲਾਓ ਤਾਂ ਝਾਰਖੰਡ ਇਹਦਾ ਪਲਾਂਟ ਹੀ ਲਗਾ ਲਓ, ਟਾਟਾ ਨਗਰ ਹੀ ਬੋਲ ਦਿੰਦੇ ਹਾਂ ਉਹਨੂੰ ਆਪਾਂ, ਜਮਸ਼ੇਦਪੁਰ, ਤਾਂ ਉਹ ਆਇਰਨ ਜਮਸ਼ੇਦਪੁਰ ਉੱਧਰ ਹੀ ਬਣੇ, ਹਾਂ ਉੱਧਰ ਹੀ ਬਣੇ ਹੋਏ ਨੇ। ਤਾਂ ਹੁਣ ਅਸਲ ਦੇ ਵਿੱਚ ਦੇਖੋ, ਇਹ ਤਾਂ ਲੋਕਾਂ ਦਾ ਅਧਿਕਾਰ ਹੁੰਦਾ ਯਾਰ, ਅਸੀਂ ਜੇ ਆਪਾਂ ਵੀ ਤਾਂ ਜੰਗਲ ਉਜਾੜੇ ਨੇ, ਪੰਜਾਬ ਵਾਲਿਆਂ ਨੇ ਵੀ ਜੰਗਲ ਹੀ ਉਜਾੜੇ ਨੇ, ਤਾਂ ਉਹਨਾਂ ਦਾ ਵੀ ਅਧਿਕਾਰ ਮਿਲਦਾ ਕਿ ਅਸੀਂ ਆਪਣੇ ਜੰਗਲ ਉਜਾੜੇ, ਅਸੀਂ ਖੇਤੀ ਕਰ ਲਈਏ, ਹੈ। ਤੇ ਹੁਣ ਇਹ ਕਹਿੰਦੇ ਨੇ ਕਿ ਭਾਈ ਤੁਸੀਂ ਖੇਤੀ ਕਰਕੇ ਵੀ ਐਂਡ ਦੇ ਵਿੱਚ ਝੋਨਾ ਝਾਨਾ ਹੀ ਲਾਵੋਗੇ ਪੂਰੇ, ਤੁਸੀਂ ਹੋਰ ਕੀ ਕਰ ਲਓਗੇ, ਹਨਾ। ਹੁਣ ਅਸੀਂ ਤੁਹਾਨੂੰ ਉਹੀ ਝੋਨਾ ਦੇ ਦਿੰਦੇ ਹਾਂ, ਬੈਠੇ ਨੂੰ ਕਾਰਡਾਂ ਦੇ ਰਾਸ਼ਨ ਕਾਰਡ ਦੀ ਦੇ ਦਿੰਦੇ ਹਾਂ, ਤੁਸੀਂ ਸਿਰਫ ਤੇ ਸਿਰਫ ਆਪਣਾ ਅਧਿਕਾਰ ਛੱਡ ਦਿਓ ਜੰਗਲਾਂ ਤੋਂ, ਇਹਨਾਂ ਨੂੰ ਕਿਹਾ ਗਿਆ। ਕਿਉਂਕਿ ਜਿਹੜਾ ਸਭ ਤੋਂ ਅਮੀਰ ਬੰਦਾ ਬੈਠਾ ਉਹਦਾ ਘਿਓ ਵੀ ਬਹੁਤ ਉਹਦੇ ਕੋਲ ਘਰੇ, ਹੁਣ ਉਹਦੇ ਕੋਲ ਖਾਣਾ ਵੀ ਬਹੁਤ ਆ, ਉਹਦੇ ਕੋਠੀ ਵੀ ਬਹੁਤ ਸੋਹਣੀ ਪਾ ਲਈ ਆ, ਉਹਨੂੰ ਹੁਣ ਲੋੜ ਆ ਗੱਡੀਆਂ ਦੀ, ਕਾਰਾਂ ਦੀ, ਇਹ ਸਾਰੀ ਚੀਜ਼ਾਂ ਦੀ, ਸਹੂਲਤਾਂ ਦੀ, ਇੰਡਸਟਰੀ ਦੀ, ਇੰਡਸਟਰੀ ਦੀ ਜਿੰਨੀ ਰਿਕੁਆਇਰਮੈਂਟ ਆ ਉਹ ਹੈਗੀ ਮਿਨਰਲਸ ਦੀ, ਉਹ ਮਿਨਰਲ ਦੀ ਰਿਕੁਆਇਰਮੈਂਟ ਜਿੰਨਾ ਤੋਂ ਲੈਣੀ ਆ ਤੁਸੀਂ, ਮਿਨਰਲ ਲੈਣੇ ਨੇ ਉਹ ਲੋਕਾਂ ਨੂੰ ਉੱਥੋਂ ਕੱਢਣ ਵਾਸਤੇ, ਉਹਨਾਂ ਨੂੰ ਕੋਈ ਨਾ ਕੋਈ ਖੁਰਾਕ ਦੇਣੀ ਆ, ਉਹ ਖੁਰਾਕ ਹੈਗੀ ਝੋਨਾ। ਹੁਣ ਕੀ ਕਰਦੇ ਨੇ, ਹੁਣ ਸਪੈਸ਼ਲ ਟ੍ਰੇਨਾਂ ਚੱਲਦੀਆਂ ਨੇ ਇਸ ਟਾਈਮ ਤੇ, ਕਿ ਉਹੀ ਲੋਕ ਉੱਥੋਂ ਆਪਣੇ ਟ੍ਰੇਨਾਂ ਤੇ ਆਉਂਦੇ ਨੇ ਉਰੇ, ਆਪਣੇ ਏਰੀਆ 'ਚ ਝੋਨਾ ਲਾਉਂਦੇ ਨੇ, ਫਿਰ ਉਸ ਤੋਂ ਬਾਅਦ ਇੱਧਰੋਂ ਟ੍ਰੇਨਾਂ ਚੱਲਣਗੀਆਂ ਉਹਨਾਂ ਨੂੰ ਖਵਾਉਣ ਵਾਸਤੇ, ਤਾਂ ਕਿ ਉਹ ਲੋਕ ਆਪਣੇ ਜੰਗਲ ਦੇ ਉੱਤੇ ਅਧਿਕਾਰ ਛੱਡ ਦੇਣ। ਤੇ ਉਸੇ ਦਿਨ ਉਹਨੂੰ ਨਕਸਲਵਾਦ ਕਹਿ ਦਿੱਤਾ ਜਾਂਦਾ, ਕਿ ਨਕਸਲੀਆਂ ਦਾ ਏਰੀਆ ਉੱਥੇ ਕਈ ਲੋਕਾਂ ਨੇ ਛੱਡਤਾ ਜਿਹੜੇ ਹੁਣ ਆ ਰਹੇ ਨੇ, ਜਿਨ੍ਹਾਂ ਨੇ ਨਹੀਂ ਛੱਡਿਆ, ਜਿਨ੍ਹਾਂ ਦਾ ਰੌਲਾ ਰੱਪਾ ਚੱਲ ਰਿਹਾ, ਉਹ ਰੌਲਾ ਰੱਪਾ ਵੀ ਐਂ ਨਹੀਂ ਹੈਗਾ ਕਿ ਉਹ ਬੜੇ ਦੇਸ਼ ਪ੍ਰੇਮੀ ਨੇ ਜਾਂ ਉਹ ਨਹੀਂ ਕਰਨਾ ਚਾਹੁੰਦੇ, ਉਹਦੇ 'ਚ ਜ਼ਿਆਦਾ ਇਹ ਹੈਗਾ ਕਿ ਉਹ ਹੋਰ ਦੇਸ਼ ਨੇ, ਉਹ ਕਹਿ ਰਹੇ ਨੇ ਕਿ ਭਾਈ ਅਸੀਂ ਹਥਿਆਰ ਦਿੰਦੇ ਹਾਂ, ਸਾਨੂੰ ਮਿਨਰਲ ਦੇ ਦਿਓ ਤੁਸੀਂ, ਮਤਲਬ
ਉਹ ਹੈਗਾ ਕਿ ਉਹ ਜਿਵੇਂ ਚੀਨ ਕਹਿ ਦਿੰਦਾ ਜਾਂ ਕੋਈ ਹੋਰ ਮੁਲਕ ਕਹਿ ਦਿੰਦਾ, ਤੁਸੀਂ ਇੰਡੀਆ ਨੂੰ ਕਾਹਨੂੰ ਮਿਨਰਲ ਦਿੰਦੇ ਹੋ, ਤੁਸੀਂ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਹਥਿਆਰ ਦੇ ਦਿੰਦੇ ਹਾਂ। ਨਹੀਂ ਵੱਡੇ ਵੱਡੇ ਪੈਮਾਨੇ ਤੇ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਹਾਂ ਮੋਹਨ ਜੀ, ਤੇ ਜੋ ਉਤਲੇ ਪੈਮਾਨੇ ਤੇ ਜੋ ਲੜਾਈਆਂ ਚੱਲ ਰਹੀਆਂ ਨੇ ਅੱਜ ਦੀ ਡੇਟ 'ਚ, ਜੋ ਵਰਲਡ ਪੋਲੀਟਿਕਸ ਚੱਲ ਰਹੀ ਹੈ, ਸਾਰੀ ਇਸ ਚੀਜ਼ ਨੂੰ ਲੈ ਕੇ ਚੱਲ ਰਹੀ ਹੈ, ਸਾਰੀ ਜ਼ਮੀਨ ਨੂੰ, ਮਿੱਟੀ ਨੂੰ, ਮਿਨਰਲਸ ਨੂੰ ਲੈ ਕੇ ਚੱਲ ਰਹੀ ਹੈ ਨਾ ਬੇਸਿਕਲੀ। ਨੈਚੁਰਲ ਰਿਸੋਰਸਿਸ ਨੂੰ ਤੇ ਕਿਵੇਂ ਕਬਜ਼ਾ ਕੀਤਾ ਜਾਵੇ, ਨੈਚੁਰਲ ਰਿਸੋਰਸਿਸ ਤੇ ਕਬਜ਼ੇ ਦੀ ਹੀ ਲੜਾਈ ਰਹਿ ਗਈ ਅੱਜ ਦੀ ਡੇਟ 'ਚ, ਸਾਰੇ ਉਸੇ ਪਿੱਛੇ ਲੜ ਰਹੇ ਨੇ, ਤੇ ਇਹ ਵੀ ਤੂੰ ਉਹਨੂੰ ਵੀ ਇਹਦੇ ਨਾਲ ਐਸੋਸੀਏਟ ਕਰ ਰਹੇ ਬੇਸਿਕਲੀ, ਜੋ ਝੋਨਾ ਲਾਉਣ ਦੀ ਇੱਧਰ ਪੰਜਾਬੀਆਂ ਦੀ ਦੇ ਉੱਤੇ ਬੋਝ ਪਾਇਆ ਹੋਇਆ ਵੀ ਤੁਸੀਂ ਝੋਨਾ ਲਾਓ, ਤੇ ਉਹ ਸਕੀਮਾਂ ਵੀ ਇੱਦਾਂ ਕੱਢੀਆਂ ਹੋਈਆਂ ਨੇ, ਉਹਦਾ ਰਿਲੇਸ਼ਨ ਤੂੰ ਇਹ ਕਹਿ ਰਿਹਾ ਕਿ ਇਹਦੇ ਨਾਲ ਹੀ ਹੈ, ਇਹ ਜਿਹੜੀ ਵਰਲਡ ਪੋਲੀਟਿਕਸ ਚੱਲ ਰਹੀ ਹੈ, ਨੈਚੁਰਲ ਰਿਸੋਰਸਿਸ ਉਹਦੇ ਨਾਲ ਲਿੰਕਡ ਹੈ ਬੇਸਿਕਲੀ। ਹਾਂ, ਜੇ ਹੁਣ ਸਿੰਪਲੀ ਜੇ ਅੱਜ ਦੀ ਡੇਟ 'ਚ ਮੰਨ ਕੇ ਚਲੋ ਬਹੁਤ ਵੱਡੀ ਆਬਾਦੀ ਆ ਉਹ ਜਿਹੜੇ ਆਹ ਸਟੇਟ ਨੇ ਜਿਹੜੇ ਜਿੱਥੇ ਜੰਗਲ ਪਿਆ, ਤਾਂ ਹੁਣ ਇੰਨੇ ਲੋਕਾਂ ਨੂੰ ਤੁਸੀਂ ਦੋ ਹੀ ਆਪਸ਼ਨ ਨੇ, ਜਾਂ ਤਾਂ ਉਹਨਾਂ ਨੂੰ ਦੁਬਾਰਾ ਤੋਂ ਕਹਿ ਦਿਓ ਹੰਟਿੰਗ ਗੈਦਰਿੰਗ ਕਰ ਲਓ, ਹੈਂ, ਜਾਂ ਉਹਨਾਂ ਨੂੰ ਕੁਛ ਖਾਣ ਨੂੰ ਦੇਣਾ ਪਊਗਾ ਤੁਹਾਨੂੰ, ਮਤਲਬ ਤੁਹਾਡੇ ਕੋਲ ਦੂਜੀ ਆਪਸ਼ਨ ਨਹੀਂ ਨਾ ਹੈਗੀ। ਹੁਣ ਜੇ ਹੰਟਿੰਗ ਗੈਦਰਿੰਗ ਕਰਨ ਨੂੰ ਦਿੰਦੇ ਆ ਤਾਂ ਮਾਈਨਿੰਗ ਇੰਡਸਟਰੀ ਬੰਦ ਕਰਨੀ ਪਊਗੀ ਤੁਹਾਨੂੰ, ਸਮਝ ਰਹੇ ਹੋ, ਹੁਣ ਤੁਹਾਡੇ ਕੋਲ ਆਪਸ਼ਨ ਹੀ ਕੋਈ ਆਪਸ਼ਨ ਹੀ ਨਹੀਂ ਹੈਗੀ, ਜਾਂ ਤਾਂ ਤੁਸੀਂ ਮਾਈਨਿੰਗ ਇੰਡਸਟਰੀ ਬੰਦ ਕਰੋ ਜਾਂ ਤੁਸੀਂ ਝੋਨਾ ਲਾਓ, ਇਸ ਤੋਂ ਇਲਾਵਾ ਤੁਹਾਡੇ ਕੋਲ ਆਪਸ਼ਨ ਨਹੀਂ ਹੈਗੀ। ਹੁਣ ਆਪਾਂ ਆਪਣੇ ਆਪ 'ਤੇ ਹੀ ਲਾ ਲਈਏ, ਅੱਜ ਦੀ ਡੇਟ 'ਚ ਮੈਨੂੰ ਜਾਂ ਤੁਹਾਨੂੰ ਆਪਾਂ ਨੂੰ ਕਿਹਾ ਜਾਵੇਗਾ ਕਾਰਾ ਕੂਰਾ ਨਾਲ ਕੰਪਰੋਮਾਈਜ਼ ਕਰ ਲਓ ਕਿ ਝੋਨਾ ਲਾਉਣਾ ਬੰਦ ਹੋ ਜਾਊਗਾ, ਹੋਰ ਕੀ ਆ, ਹੁਣ ਆਪਾਂ ਕਹਾਂਗੇ ਯਾਰ ਆਹ ਲੈ ਤੂੰ ਗੱਲ ਕਿੱਥੇ ਲੈ ਗਿਆ, ਇਹ ਤਾਂ ਗੱਲ ਕਿਵੇਂ, ਹੁਣ ਆਪਾਂ ਕੀ ਜਾ ਰਹੇ ਨਾ, ਅਸੀਂ ਜਾ ਰਹੇ ਹਾਂ ਆਹ ਲੱਡੂ ਵੀ ਨਹੀਂ ਛੱਡਣਾ, ਦੂਜਾ ਲੱਡੂ ਵੀ ਚੱਕਣਾ, ਹੁਣ ਇਹ ਗੱਲ ਆਪਾਂ ਨੂੰ ਆਪਾਂ ਆਪਣੇ ਤੇ ਲਾਗੂ ਕਰੀਏ, ਸੇਮ ਗੱਲ ਲਾਗੂ ਸਰਕਾਰ ਤੇ ਹੋ ਜਾਂਦੀ ਹੈ, ਸੇਮ ਸਾਇੰਟਿਸਟਾਂ ਤੇ ਹੋ ਜਾਂਦੀ ਆ, ਹਰ ਕਿਸੇ ਤੇ ਲਾਗੂ ਹੋ ਜਾਂਦੀ ਹੈ ਗੱਲ, ਜਾ ਕੇ ਕਿਸੇ ਤੇ ਕੋਈ ਬੰਦਾ ਜਦੋਂ ਪਰਸਨਲ ਲੈਵਲ ਤੇ ਕਰਦਾ, ਪਰਸਨਲ ਲੈਵਲ ਤੇ ਬਹੁਤ ਔਖਾ ਡਿਸੀਜ਼ਨ ਆ, ਮਤਲਬ ਇਹਦਾ ਹੱਲ ਕੋਈ ਨਹੀਂ ਹੱਲ ਹੈਗਾ, ਇਹਦਾ ਹੱਲ ਇਹ ਹੈਗਾ ਜਾਂ ਤਾਂ ਉਹ ਲੋਕਾਂ ਨੂੰ ਮਾਰ ਦਿੱਤਾ ਜਾਵੇ, ਜਿਹੜਾ ਕਿ ਹੌਲੀ ਹੌਲੀ ਉਹ ਵੀ ਕੀਤਾ ਜਾਂਦਾ ਹੁੰਦਾ, ਕਈ ਜਗ੍ਹਾ ਤਾਂ ਗੋਰਿਆਂ ਨੇ ਤਾਂ ਹੀ ਕੀਤਾ, ਜਿਵੇਂ ਕੈਨੇਡਾ ਕਨੂਡਾ ਜਾ ਕੇ ਉਹਨਾਂ ਨੇ ਉਹਨਾਂ ਨੂੰ ਵਾਢਾ ਹੀ ਵੱਢਤਾ, ਇਹਨਾਂ ਦਾ ਤਾਂ ਕੰਧ ਖਤਮ ਹੀ ਕਰਤੇ ਸੀਗੇ, ਮਾਰ ਹੀ ਦਿੱਤੀ ਸੀ, ਢੇਰੀਆਂ 'ਚ ਹੀ ਮਾਰੇ ਨੇ ਇਹਨਾਂ ਨੇ, ਅਮਰੀਕਾ ਜਿਹੜੇ ਰੈਡ ਇੰਡੀਅਨਸ ਵਗੈਰਾ ਸੀ ਜੋ ਜੰਗਲ ਖੋਏ ਗਏ ਨੇ ਇਹਨਾਂ ਤੋਂ, ਤਾਂ ਇੰਡੀਆ 'ਚ ਐਟਲੀਸਟ ਇਹ ਹੋ ਗਿਆ ਕਿ ਯਾਰ ਮਾਰ ਦੇ ਕਾਹਨੂੰ, ਉਹ ਵਿਚਾਰਿਆਂ ਨੂੰ ਝੋਨਾ ਝਾਨਾ ਦੇ ਕੇ ਟਕਾ ਜੇ ਲਓ, ਇੱਥੇ ਆਹ ਰੱਖਿਆ ਵਾ ਇੰਡੀਆ ਦੇ ਕਨਸੈਪਟ, ਹੁਣ ਇਹ ਪ੍ਰੋਬਲਮ ਆ, ਹੁਣ ਇਸ ਮੈਂ ਤਾਂ ਇਹ ਪ੍ਰੋਬਲਮ ਡਿਸਕਸ ਕਰਨਾ ਚਾਹੁੰਦਾ ਸੀ, ਬਿਕੋਜ਼ ਜਦੋਂ ਵੀ ਆਪਾਂ ਗੱਲ ਕਰ ਰਹੇ ਹਾਂ, ਆਪਾਂ ਟੀਵੀ 'ਤੇ ਪ੍ਰੋਗਰਾਮ ਦੇਖ ਰਹੇ ਹਾਂ, ਅਸੀਂ ਇਸ ਡੈਪਥ ਤੱਕ ਜਾ ਕੇ ਇਸ ਪ੍ਰੋਬਲਮ ਨੂੰ ਨਹੀਂ ਸਮਝਦੇ, ਅਸੀਂ ਐਂ ਸਮਝਦੇ ਹੁੰਦੇ ਹਾਂ ਯਾਰ ਪੰਜਾਬ ਤੱਕ ਰੱਖ ਲੈਂਦੇ ਆ, ਪੰਜਾਬ ਤੱਕ ਨਹੀਂ, ਪੰਜਾਬ 'ਚ ਵੀ ਜਿਹੜੇ ਦੋਸ਼ ਨੇ ਉਹ ਸਰਕਾਰਾਂ ਨੂੰ ਦੇ ਦਿੰਦੇ ਨੇ ਵੀ ਸਰਕਾਰ ਦੀ ਪੋਲਿਸੀ ਠੀਕ ਨਹੀਂ ਹੈਗੀ, ਸਰਕਾਰ ਹੈਲਪ ਨਹੀਂ ਕਰ ਰਹੀ ਕਿਸਾਨਾਂ ਦੀ, ਉੱਥੇ ਤੱਕ ਚਲੇ ਜਾਂਦੇ ਨੇ, ਉਹ ਤੋਂ ਬਿਯੋਂਡ ਨਹੀਂ ਕੋਈ ਸੋਚਦਾ ਵੀ ਕਿਉਂ ਸਰਕਾਰ ਹੈਲਪ ਨਹੀਂ ਕਰ ਰਹੀ ਹੈਗੀ। ਹਾਂ, ਮਤਲਬ ਸਰਕਾਰ ਨੂੰ ਵੀ ਦੇਖੋ, ਸਰਕਾਰ ਨੂੰ ਇਹ ਸਮਝਾ, ਜਿਹੜੀ ਗੱਲ ਮੈਂ ਕਹੀ ਹੈ ਹੁਣ ਸਮਝਾਉਣੀ ਬਹੁਤ ਔਖੀ ਆ, ਇਹ ਗੱਲ ਸਰਕਾਰ ਜੇ ਸਮਝਾ ਵੀ ਦੇਵੇ ਤਾਂ ਲੋਕ ਕਹਿਣਗੇ, ਲੋਕ ਉੱਥੇ ਦੇ ਲੋਕਾਂ ਨੂੰ ਸਮਝ ਆਜੂ ਸਾਨੂੰ ਬੇਵਕੂਫ ਬਣਾਇਆ ਗਿਆ। ਨਹੀਂ ਨਹੀਂ, ਸਰਕਾਰ ਸਰਕਾਰ ਵੀ ਤਾਂ ਵੋਟਾਂ ਦੇ ਉੱਤੇ ਹੀ ਬਣਦੀ ਹੈ ਨਾ, ਹੁਣ ਜੇ ਸਰਕਾਰ ਨੇ ਪ੍ਰੋਬਲਮ ਸੋਲਵ ਕਰਨੀ ਹੈ ਤਾਂ ਸਰਕਾਰ ਕਹੂਗੀ ਵੀ ਤੁਸੀਂ ਆਮ ਲੋਕ ਨੇ ਜਿਹੜੇ ਉਹਨਾਂ ਨੂੰ, ਉਹਨਾਂ ਤੋਂ ਬਲੀਦਾਨ ਮੰਗੂਗੀ ਫਿਰ, ਹਾਂ ਵੀ ਤੁਸੀਂ ਆਪਣੀ ਲਾਈਫ ਸਿੰਪਲ ਕਰੋ, ਤੁਸੀਂ ਆਹ ਬਾਕੀ ਚੀਜ਼ਾਂ ਯੂਜ਼ ਕਰਨੀਆਂ ਬੰਦ ਕਰੋ, ਹੈ ਨਾ, ਵੀ ਤੁਸੀਂ ਸਿੰਪਲੀਸਿਟੀ 'ਤੇ ਆ ਜਾਓ, ਉਹ ਹੁਣ ਲੋਕ ਕਰਨ ਨੂੰ ਤਿਆਰ ਨਹੀਂ, ਫਿਰ ਲੋਕ ਵੋਟ ਪਾਉਣਾ ਛੱਡ ਦੇਣਗੇ ਸਰਕਾਰ ਨੂੰ, ਸਰਕਾਰ ਅੱਗੇ ਡਿੱਗ ਪਊਗੀ, ਉਹ ਗੱਲ ਤਾਂ ਅਲਟੀਮੇਟਲੀ ਰਿਸਪੋਂਸੀਬਿਲਟੀ ਦੀ ਆ ਜਾਂਦੀ ਹੈ ਨਾ, ਇੰਡੀਵਿਜੁਅਲ ਰਿਸਪੋਂਸੀਬਿਲਟੀ ਦੀ ਆ ਜਾਂਦੀ ਹੈ। ਇੱਕ ਤਾਂ ਆਹ ਗੱਲ ਆ ਕਿ ਆਹ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਸਮਝ ਆ ਜੂਗੀ, ਤੇ ਲੋਕ ਨਵੇਂ, ਇੱਕ ਗੱਲ ਆਊਗੀ ਜਿਨ੍ਹਾਂ ਤੋਂ ਖੋਇਆ ਗਿਆ ਉਹਨਾਂ ਨੂੰ ਸਮਝ ਆ ਗਈ, ਜੇ ਜਿਨ੍ਹਾਂ ਨੂੰ ਆਪਾਂ ਭਈਆ ਭਈਆ ਕਹਿ ਦਿੰਦੇ ਅੱਜ ਪੰਜਾਬ ਦੇ ਲੋਕ, ਐਂ ਜਿਵੇਂ ਮੋਟਰਾਂ ਤੇ ਵਿਚਾਰੇ ਨੰਗੇ ਪੁੰਗੇ ਸੌਂਦੇ ਨੇ, ਉਹ ਕੱਲਾ ਕੱਲਾ ਪਤਾ ਨੀ ਕਿੰਨੇ ਕਿੰਨੇ ਅਰਬਾਂ ਖਰਬਾਂ ਕਰੋੜਾਂ ਦੀ ਮਿਨਰਲਸ ਦਾ ਮਾਲਕ ਆ ਉਹ, ਕਿਉਂਕਿ ਉਹ ਉਹਨਾਂ ਦੇ ਏਰੀਏ 'ਚ ਪਿਆ ਸੀ, ਆਪਾਂ ਤਾਂ ਆਪਣਾ ਲੁੱਟ ਕੇ ਤੁਰਦੇ ਬਣੇ ਅੱਜ ਤੱਕ, ਆਪਾਂ ਤਾਂ ਕਹਿੰਦੇ ਨਾ ਆਪਾਂ ਖਾ ਪੀ ਕੇ ਵਿਹਲੇ ਹੋ ਕੇ ਅੱਗੇ ਲੰਘ ਜਾਂਦੇ ਹਾਂ, ਉਹ ਲੋਕਾਂ ਨੇ ਉਹਨਾਂ ਦੇ ਪੁਰਖਿਆਂ ਨੇ ਅੱਜ ਤੱਕ ਲੁੱਟਿਆ ਨੀ ਜ਼ਮੀਨ ਤੋਂ, ਤਾਂ
ਪੋਤੀ ਮਾਲਕ ਹੋਊਗਾ ਨਾ, ਜ਼ਮੀਨ ਉਹਨਾਂ ਦੀ ਜ਼ਮੀਨ ਰਿੱਚ ਪਈ ਆ ਹਜੇ ਵੀ, ਹੁਣ ਨਜ਼ਰ ਉਧਰ ਨੂੰ ਆ। ਨਹੀਂ ਨਹੀਂ ਮੈਂ ਕਹਿ ਰਿਹਾ, ਜੇ ਆਹ ਗੱਲ ਸਰਕਾਰ ਦੱਸਦੀ ਆ ਕਿ ਆਹ ਪ੍ਰੋਬਲਮ ਆ ਤੇ ਜਿੰਨੇ ਆ ਲੋਕ ਨੇ ਇਹ ਵੀ ਤਾਂ ਕਹਿਣਗੇ ਫਿਰ ਸਾਡਾ ਹਿੱਸਾ ਕਿੱਥੇ ਗਿਆ ਬਈ, ਅੱਜ ਤੱਕ ਲੁੱਟਿਆ ਸੀ ਜਿਹੜਾ, ਅੱਜ ਹੀ ਛੱਡ ਦੋ ਤੁਸੀਂ, ਅੱਜ ਹੀ ਸਾਨੂੰ, ਅੱਜ ਹੀ ਸਾਡੇ ਸਾਤੋਂ ਤੁਸੀਂ ਸਿੱਧਾ ਡੀਲ ਕਰੋ, ਅਸੀਂ ਵੇਚਾਂਗੇ ਫਿਰ ਮਿਨਰਲ, ਫਿਰ ਤੁਸੀਂ ਕਾਹਨੂੰ ਵੇਚੋਗੇ। ਹੁਣ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਲੋਲੀਪੋਪ ਦੇ ਕੇ ਨਾ, ਜਿਵੇਂ ਆਪਾਂ ਕਹਿੰਦੇ ਲੋਲੀਪੋਪ ਦੇ ਦੋ ਝੋਨੇ ਦਾ ਕਿ ਇਹ ਸਾਈਡ ਕਰ ਲਓ ਕਿ ਲੁੱਟ ਲਓ, ਸੋਨੇ ਦੇ ਖਾਨਾਂ ਤੇ ਬੈਠੇ ਨੇ ਉਹ ਲੋਕ ਹੈ। ਤੇ ਹੁਣ ਜੇ ਗੱਲ ਖੋਲਦੇ ਆ ਸਰਕਾਰ ਦੱਸਦੀ ਆ ਕਿ ਪ੍ਰੋਬਲਮ ਤਾਂ ਭਾਈ ਇਹ ਆ, ਹੁਣ ਤੁਹਾਨੂੰ ਕੀ ਦੱਸੀਏ, ਉਹ ਲੋਕ ਕਹਿਣਗੇ ਅੱਛਾ ਸਾਨੂੰ ਤਾਂ ਮੂਰਖ ਬਣਾਈ ਗਿਆ ਅਜੇ ਤੱਕ, ਸਾਨੂੰ ਤੁਸੀਂ ਸਿਰਫ ਰਾਸ਼ਨ ਕਾਰਡ ਤੇ ਝੋਨਾ ਦੇ ਕੇ ਸਾਡੇ ਤੋਂ ਤੁਸੀਂ ਸਾਰਾ ਕੁਝ ਲੁੱਟ ਕੇ ਲੈ ਗਏ, ਸਾਰਾ ਦੇਸ਼ ਹੀ ਸਾਡੇ ਤੇ ਚੱਲੀ ਜਾ ਰਿਹਾ, ਤਾਂ ਇਹ ਪੋਲੀਟੀਕਲ ਇਸ਼ੂ ਵੀ ਬਣ ਜਾਣਾ। ਉਹ ਲੋਕਾਂ ਨੇ ਹੋਰ ਵੀ ਉਹਨਾਂ ਨੂੰ ਸਮਝ ਆ ਜਾਣੀ, ਹੁਣ ਪੜ੍ਹ ਲਿਖ ਗਏ ਲੋਕ ਉਹ ਵੀ, ਤਾਂ ਉਹਨਾਂ ਨੂੰ ਵੀ ਸਮਝ ਆ ਜਾਣੀ ਕਿ ਯਾਰ ਆਹ ਤਾਂ ਪੰਗਾ, ਇਹ ਤਾਂ ਸਾਨੂੰ। ਇਹਨੂੰ ਮੇਰਾ ਕੁਸ਼ਚਨ ਇੱਥੇ ਇਹ ਉੱਠਦਾ ਕਿ ਫਿਰ ਇਹ ਪੰਜਾਬ ਤੇ ਇੰਪੈਕਟ ਕਿਉਂ ਆਇਆ ਇਕੱਲੇ ਤੇ, ਮਤਲਬ ਪੰਜਾਬ ਦੇ ਨਾਲ ਕੀ ਐਸੋਸੀਏਸ਼ਨ ਹੈ ਇਹਦੀ? ਇਹ ਤਾਂ ਫਿਰ ਇਹਨਾਂ ਨੂੰ ਕਿਤੋਂ ਵੀ ਝੋਨਾ ਹੋਰ ਜਗ੍ਹਾ ਤੇ ਵੀ ਲਾ ਕੇ ਇਹਨਾਂ ਨੂੰ ਖਵਾਇਆ ਜਾ ਸਕਦਾ ਸੀਗਾ, ਤੇ ਇਹਨੂੰ ਤੂੰ ਪੰਜਾਬ ਨਾਲ ਕਿਵੇਂ ਐਸੋਸੀਏਟ ਕਰਦਾ? ਹਾਂ, ਕਿਉਂਕਿ ਜਦੋਂ ਆਪਾਂ ਆਰੀਅਨਸ ਉੱਪਰੋਂ ਆਏ ਹਾਂ, ਆਪਾਂ ਇੱਧਰੋਂ ਆਪਣੀ ਜਿਹੜੀ ਗੰਗਾ ਬੈਲਟ ਸੀਗੀ, ਜਿਹੜੀ ਨਦੀਆਂ ਵਾਲੀ ਬੈਲਟ ਸੀਗੀ, ਆਪਾਂ ਨੂੰ ਟਿਊਬਵੈੱਲ ਤਾਂ ਲਗਾਉਣਾ ਆਉਂਦਾ ਨਹੀਂ ਸੀ ਉਦੋਂ, ਆਪਾਂ ਐਗਰੀਕਲਚਰ ਕੀਤਾ ਜਿੱਥੇ ਵਾਟਰ ਬੈਲਟ ਸੀਗੀ। ਵਾਟਰ ਬੈਲਟ ਆ ਪੰਜਾਂ ਦਰਿਆਵਾਂ ਦੀ ਧਰਤੀ, ਪੰਜਾਬ ਕਹਿ ਦਿੰਦੇ ਹਾਂ, ਵਾਟਰ ਬੈਲਟ ਸੀਗੀ ਪ੍ਰੋਪਰਲੀ, ਤਾਂ ਆਪਾਂ ਇੱਥੇ ਐਗਰੀਕਲਚਰ ਸਿੱਖਿਆ, ਇੱਥੇ ਆ ਕੇ ਐਗਰੀਕਲਚਰ ਇੰਪਲੀਮੈਂਟ ਕੀਤਾ ਆਪਾਂ ਆ ਕੇ ਸਾਰੇ ਲੋਕਾਂ ਨੇ ਜਿਹੜੇ ਆਪਾਂ ਉੱਪਰੋਂ ਆਏ ਹਾਂ, ਹੈ। ਉਸ ਤੋਂ ਬਾਅਦ ਜਦੋਂ ਆਪਾਂ ਨੂੰ ਇਹ ਸਮਝ ਆ ਗਿਆ ਕਿ ਹੁਣ ਫੂਡ ਕ੍ਰਾਈਸਿਸ ਖਤਮ ਹੋ ਗਏ, ਸਾਨੂੰ ਫੂਡ ਗਰੋ ਕਰਨਾ ਆ ਗਿਆ, ਅਸੀਂ ਉਸ ਤੋਂ ਬਾਅਦ ਇਸੇ ਆਪਾਂ ਦੇਖਿਆ ਕਿ ਇਹਨੂੰ ਫੂਡ ਨੂੰ ਨਾ, ਫੂਡ ਬਾਊਲ ਨੂੰ ਬਾਹਲਾ ਵੱਡਾ ਨਾ ਕਰੋ, ਹੁਣ ਜਿਹੜਾ ਆਪਣਾ ਫੂਡ ਬਾਊਲ ਹੈ ਇੰਡੀਆ ਦਾ ਉਹਨੂੰ ਵੱਡਾ ਨਾ ਕਰੋ, ਕਿਉਂਕਿ ਅਸੀਂ ਇੰਨੇ ਚੋਂ ਹੀ ਬਹੁਤ ਕੱਢਣਾ ਸਿੱਖ ਲਿਆ ਮਟੀਰੀਅਲ, ਤਾਂ ਅਸੀਂ ਇੱਥੇ ਇਸ ਜਗ੍ਹਾ ਨੂੰ ਯੂਜ਼ ਕੀਤਾ ਗਿਆ ਕਿ ਫੂਡ ਦੀ ਪ੍ਰੋਬਲਮ ਤੁਸੀਂ ਇੱਥੋਂ ਸੋਲਵ ਕਰੋ, ਸਿਰਫ ਪੰਜਾਬ ਹਰਿਆਣਾ ਵੈਸਟਰਨ ਯੂਪੀ ਇਹਦੇ ਵਿੱਚੋਂ ਹਨਾ, ਜੇ ਸਾਨੂੰ ਇੱਥੇ ਚੋਂ ਹੀ ਪ੍ਰੂਫ ਆਪਣੀ ਫੂਡ ਦੀ ਪ੍ਰੋਬਲਮ ਸੋਲਵ ਹੋ ਗਈ ਤੇ ਬਾਕੀ ਜਗ੍ਹਾ ਉਹ ਅਮੀਰ ਬੰਦਾ ਕਹਿੰਦਾ ਹੁਣ ਯਾਰ ਮੈਨੂੰ ਤਾਂ, ਮੈਂ ਕਿਹੜਾ ਲੋਕਾਂ ਦਾ ਭਲਾ ਕਰਨ ਨੂੰ ਤੁਰਿਆ ਵਾ, ਕਿ ਮੈਂ ਤਾਂ ਭਾਈ ਹੁਣ ਅਗਲਾ ਮੱਖਣ ਚੋਂ ਜਿਵੇਂ ਉਹਨੇ ਘਿਓ ਬਣਾਉਣਾ ਸਿੱਖਿਆ, ਤਾਂ ਅਗਲਾ ਕਹਿੰਦਾ ਮੈਂ ਹੁਣ ਅਗਲੇ ਲੈਵਲ ਤੇ ਪਹੁੰਚ ਜਾ, ਉਸ ਤੋਂ ਬਾਅਦ ਅਗਲਾ ਕਹਿੰਦਾ ਕਿ ਹੁਣ ਮੈਨੂੰ ਮਿਨਰਲਸ ਕੱਢਣੇ, ਮਿਨਰਲਸ ਕੱਢੋ। ਤਾਂ ਹੁਣ ਕੀ ਹੋਇਆ, ਬਾਕੀ ਜਿੰਨਾ ਵੀ ਇੰਡੀਆ ਹੈਗਾ, ਜਿਵੇਂ ਹੁਣ ਮੰਨ ਕੇ ਚੱਲੋ ਕਿਤੋਂ ਪੱਥਰ ਕੱਢਿਆ ਜਾਂਦਾ, ਪੱਥਰ ਕਿੰਨਾ ਮਹਿੰਗਾ ਵੇਚਿਆ ਜਾਂਦਾ ਹਨਾ, ਮਾਰਬਲ ਮੂਰਬਲ ਨਿਕਲਦਾ, ਕਿਤੋਂ ਜਿਪਸਮ ਕੱਢਦੇ ਨੇ ਹਨਾ, ਕਿਤੋਂ ਇਹ ਆਇਰਨ ਔਰ ਕੱਢਦੇ ਨੇ, ਕਿਤੋਂ ਗੋਲਡ ਵੀ ਕੱਢਿਆ ਜਾਂਦਾ, ਹੁਣ ਫਿਰ ਪੈਟਰੋਲੀਅਮ ਵੀ ਕੱਢਿਆ ਜਾਊਗਾ ਅੱਗੇ। ਤਾਂ ਉਹ ਕਹਿੰਦਾ ਯਾਰ ਜੇ ਮੈਨੂੰ ਯਾਰ ਹੁਣ ਘਿਓ ਬਣਾਉਣਾ ਆ ਗਿਆ, ਕਿਉਂ ਮੈਂ ਉਹ ਪੁਰਾਣੇ ਸਿਸਟਮਾਂ 'ਚ ਬੜਿਆ ਰਹਾਂ। ਉਹਦਾ ਮਕਸਦ ਇਹ ਤਾਂ ਸੀਗਾ ਨਹੀਂ ਕਿ, ਉਹਦਾ ਮਕਸਦ ਇਹ ਨਹੀਂ ਸੀਗਾ ਕਿ ਮੈਂ ਸਭ ਦਾ ਭਲਾ ਕਰਨਾ, ਉਹਦਾ ਮਕਸਦ ਸੀ ਮੇਰਾ ਭਲਾ ਕਿਵੇਂ ਹੋ ਰਿਹਾ, ਮੇਰੇ ਭਲੇ ਦੇ ਵਿੱਚ ਜੇ ਮੇਰੇ ਨਾਲ ਕੋਈ ਰਲਦਾ, ਉਸ ਬੰਦੇ ਨੂੰ ਮੈਂ ਸ਼ੇਅਰ ਦੇਣ ਨੂੰ ਤਿਆਰ ਹਾਂ। ਤਾਂ ਇੱਕ ਟੀਮ ਬਣ ਰਹੀ ਹੈ ਜਿਹਦੇ ਆਪਾਂ ਸਾਰੀ ਉਹਦੇ ਆਪਾਂ ਸਾਰੇ ਲੋਕ ਉਸ ਟੀਮ ਦੇ ਹਿੱਸੇਦਾਰ ਹਾਂ, ਸਾਨੂੰ ਵੀ ਟੁਕੜੇ ਮਿਲਦੇ ਨੇ ਉਹਦੇ, ਸਾਨੂੰ ਵੀ ਛੋਟੀ ਮੋਟੀ ਕਾਰ ਮਿਲਦੀ ਹੈ, ਜਦੋਂ ਸਾਡਾ ਬਾਊ ਵੱਡੀ ਲੈਂਦਾ ਤਾਂ ਸਾਨੂੰ ਵੀ ਛੋਟੀ ਮੋਟੀ ਦੇ ਦਿੰਦਾ ਹਨਾ। ਤਾਂ ਜਿਵੇਂ ਉਹਦੀ ਜਿਵੇਂ ਉਹ ਨੀ ਕਹਿੰਦੇ ਉਹਨੇ ਖਾ ਖੂ ਕੇ ਛੱਡਦਾ ਸੀ ਵੀ ਕਹਿੰਦੇ ਪਲੇਟ ਪਲੂਟ ਚੱਟ ਲੈਂਦੇ ਹਾਂ ਮਾੜੀ ਮੋਟੀ, ਤੇ ਆਪਾਂ ਸਾਰੇ ਲੋਕ ਉਸੇ ਦੇ ਸਿਸਟਮ ਦੇ ਨਾਲ ਬੰਨੇ ਹੋਏ ਆ, ਤੇ ਹੁਣ ਇਹ ਸਿਸਟਮ ਨੂੰ ਪਲਟਣਾ ਬਹੁਤ ਔਖਾ, ਕੋਈ ਸ਼ਹੀਦੀ ਕੋਈ ਵੀ ਨੀ ਦੇਣਾ ਚਾਹੁੰਦਾ ਸਮਝ ਆਉਣ ਤੋਂ ਬਾਅਦ ਵੀ ਸ਼ਹੀਦੀ। ਹੋਰ ਵੀ ਮੇਰੇ ਦਿਮਾਗ 'ਚ ਆ ਰਹੀ ਸੀ ਗੱਲ ਵੀ ਜਿਵੇਂ ਜਿਹੜੇ ਪੰਜਾਬੀ ਨੇ, ਪੰਜਾਬ ਆ ਕਹਿ ਲਓ ਕਿ ਬਹੁਤ ਅਮੀਰ ਸੂਬਾ ਕਹਿ ਲਓ ਮੰਨਿਆ ਗਿਆ ਰਾਈਟ, ਤਾਂ ਉਹ ਕੁਛ ਪਲੈਨਿੰਗ ਵੀ ਹੁੰਦੀ ਆ ਵੀ ਇਹਨਾਂ ਨੂੰ ਕਿਵੇਂ ਥੋੜ੍ਹਾ ਜਿਹਾ ਇਹਨਾਂ ਦੀ ਇਹਨਾਂ ਨੂੰ ਖਾਲੀ ਜਿਹਾ ਕੀਤਾ ਜਾਵੇ।
ਉਹ ਤਾਂ ਵੈਸੇ ਜ਼ਮੀਨ ਇਹਨਾਂ ਦੀ ਕਿਵੇਂ ਕੈਨੇਡਾ ਬੰਜਰ ਜੀ ਕੀਤੀ ਜਾਵੇ, ਆਸਟ੍ਰੇਲੀਆ ਤੁਰ ਗਏ ਸਾਰੇ, ਖਾਲੀ ਤਾਂ ਵੈਸੇ ਹੋ ਗਿਆ। ਹਾਂ ਉਹ ਮਤਲਬ ਜ਼ਮੀਨ ਵੀ ਥੋਥੀ ਹੋ ਗਈ ਨਾ, ਜ਼ਮੀਨ ਵੀ ਥੋਥੀ ਸਾਰੀ ਤਾਂ ਵਿੱਚੋਂ ਕੱਢ ਲਿਆ ਸਾਰਾ, ਤਾਂ ਵਿੱਚ ਝੋਨੇ ਨੇ ਕਹਿ ਲਓ ਕੀ ਲਾ ਕੇ ਕੱਢਿਆ ਕਿ ਮਤਲਬ ਜਿਵੇਂ ਤੂੰ ਸਟੋਰੀ ਸੁਣਾਈ ਹੈ ਕਾਰਪੋਰੇਟਸ ਨੇ ਜਾਂ ਜਿਵੇਂ ਵੀ ਕਹਿ ਲਓ ਕਿ ਇਨਡਾਇਰੈਕਟਲੀ ਅੱਜ ਤੱਕ ਹਮੇਸ਼ਾ ਸਰਕਾਰ ਨੌਰਥ ਇੰਡੀਅਨਸ ਦੇ ਹੱਥ ਚ ਰਹੀ ਆ ਮੋਸਟਲੀ, ਜਿਹੜਾ ਓਵਰਆਲ ਟਾਈਮ ਆਪਾਂ ਇੰਡੀਆ ਇੰਡੀਆ ਨੂੰ ਨੌਰਥ ਇੰਡੀਆ ਹੀ ਰਨ ਕਰਦਾ। ਇੰਡੀਅਨ ਜਿਹੜੇ ਨੌਰਥ ਇੰਡੀਅਨ ਬ੍ਰੇਨ ਆ ਨਾ, ਆਰੀਅਨ ਬ੍ਰੇਨ ਕਹਿ ਲਓ ਚਾਹੇ ਤੁਸੀਂ ਇਹਨੂੰ, ਜਿਹੜੇ ਨੌਰਥ ਇੰਡੀਆ ਜਿਹੜੇ ਆਪਾਂ ਉੱਪਰੋਂ ਆਏ ਆ ਗੋਰੇ ਚਿੱਟੇ ਲੋਕ ਲੰਬੇ ਥੋੜੇ ਜਿਹੇ ਐਜ਼ ਕੰਪੇਅਰ ਟੂ ਰੈਸਟ ਆਫ ਇੰਡੀਆ, ਅਸੀਂ ਚੁਸਤ ਚਲਾਕ ਹਾਂ ਅਤੇ ਅਸੀਂ ਨਾ ਸਾਈਕੀ 'ਤੇ, ਕਿਉਂਕਿ ਇਹ ਤਾਂ ਅਸੀਂ ਗੱਲ ਕਰ ਰਹੇ ਹਾਂ ਕਿਉਂਕਿ ਸਾਈਕੋਲੋਜੀ ਨਾਲ ਰਲਦੀ, ਆਪਾਂ ਨੂੰ ਸਮਝ ਆ ਗਈ ਬੇਵਕੂਫ ਕਿਵੇਂ ਬਣਾਉਣਾ ਦੂਜੇ ਨੂੰ, ਸਾਨੂੰ ਇਹ ਅਕਲ ਆ ਹੈ ਨਾ। ਅਸੀਂ ਬੇਵਕੂਫ ਬਣਾਉਂਦੇ ਬਣਾਉਂਦੇ ਅਸੀਂ ਜ਼ਮੀਨ ਨੂੰ ਵੀ, ਅਸੀਂ ਕਿਹਾ ਕਿ ਲੈ ਜ਼ਮੀਨ ਦੇ ਵਿੱਚ ਆਇਰਨ, ਅਸੀਂ ਇਹਨੂੰ ਵੀ ਬੇਵਕੂਫ ਬਣਾ, ਹੁਣ ਐਂਡ ਸਮਝ ਆ ਰਿਹਾ ਕਿ ਯਾਰ ਅਸੀਂ ਉਹ ਬੇਵਕੂਫ ਬਣ ਰਹੇ ਹਾਂ, ਅਸੀਂ ਤਾਂ ਆਪਣੇ ਆਪ ਹੀ ਨੁਕਸਾਨ ਕਰ ਲਿਆ, ਆਪਣੇ ਪੈਰਾਂ ਤੇ ਆਪ ਹੀ ਕੁਲਾੜੀ ਮਾਰੀ ਜਾ ਰਹੇ ਹਾਂ। ਹੁਣ ਤੂੰ ਫਿਊਚਰ ਅਜੇ ਨਹੀਂ ਮੰਨਦੇ, ਉਹ ਆਪਾਂ ਸਮਝ ਗਏ ਚਲੋ ਇਹ ਪ੍ਰੋਬਲਮ ਹੈ, ਆਪਾਂ ਹੁਣ ਤਿੰਨੋਂ ਦਾ ਆਪਸ ਚ ਡਿਸਕਸ ਹੀ ਕਰ ਰਹੇ ਹਾਂ ਚਲੋ, ਜੇ ਮੰਨ ਲਿਆ ਕਿ ਇਹ ਪ੍ਰੋਬਲਮ ਹੈ ਤੇ ਇਹਦਾ ਹੁਣ ਤੂੰ ਅੱਗੇ ਫਿਊਚਰ ਕਿਵੇਂ ਦੇਖਦਾ ਹੈ, ਵੀ ਇਹ ਫਿਊਚਰ ਚ ਕਿਸ ਕੀ ਮੋੜ ਲਊਗੀ ਇਹ ਪ੍ਰੋਬਲਮ, ਇਹ ਹੋਰ ਵੱਡੀ ਬਣੂਗੀ ਕਿ ਆਪਣੇ ਆਪ ਸੋਲਵ ਹੋ ਜਾਊਗੀ ਓਵਰ ਦਾ ਟਾਈਮ। ਤੇ ਜਿਹੜਾ ਦੇਖੋ ਜਿਹੜਾ ਤਰੀਕਾ ਇਹ ਯੂਜ਼ ਕਰ ਰਹੇ ਨੇ ਕੰਪੀਟੀਟਿਵ, ਕਿ ਅਸੀਂ ਚੀਜ਼ ਨੂੰ ਵੈਲਿਊ ਪਾਓ ਅਤੇ ਉਸ ਦੇ ਮਗਰ ਲੋਕ ਚੱਲ ਜਾਂਦੇ ਨੇ, ਮਤਲਬ ਲੈ ਦੇ ਕੇ ਲੋਕਾਂ ਨੂੰ ਕੋਈ ਲੈਣਾ ਨਹੀਂ, ਝੋਨਾ ਲਵਾਉਣਾ ਜਾਂ ਕਣਕ ਲਵਾਉਣੀ, ਉਹਨਾਂ ਨੂੰ ਕਹਿਣਾ ਕਿ ਸਾਨੂੰ ਪੈਸਾ ਦੱਸੋ ਕਿਵੇਂ ਬਣਨਾ, ਬਸ ਇਸ ਟਾਈਮ ਹੈ ਨਾ, ਜਿੱਧਰ ਪੈਸਾ ਜਾਂਦਾ ਉੱਧਰ ਜਾਂਦਾ। ਜਿਹੜਾ ਅੱਜ ਡਰਾਈਵਰ ਆ, ਮੈਂ ਕਹਿੰਦਾ 99% ਜਿਹੜਾ ਪੰਜਾਬ ਦਾ ਡਰਾਈਵਰ ਜਿਹੜਾ ਤੁਹਾਡੇ ਤੇ ਕੈਨੇਡਾ 'ਚ ਟਰੱਕ ਚਲਾ ਰਿਹਾ ਸੀਗਾ, ਉਹਦੇ ਫਾਦਰ ਨੇ ਖੇਤੀ ਕੀਤੀ ਹੋਊਗੀ ਤੇ ਉਹ ਉਹਨੇ ਉਹਨੂੰ ਕਿਤੇ ਤੋਂ ਕੋਈ ਲੈਣਾ ਦੇਣਾ ਨਹੀਂ, ਉਹ ਤਾਂ ਉਹੀ ਪੰਪ ਦੀ ਜਿਹੜੇ ਅੰਨਦਾਤਾ ਫਲਾਨਾ ਦਾਤਾ ਧਮਕਾਉਣਾ, ਉਹਨੂੰ ਲੈ ਦੇ ਕੇ ਹੈਗਾ ਕਿ ਭਾਈ ਮੈਨੂੰ ਪੈਸਾ ਕਿਵੇਂ ਬਣਨਾ ਹੈ। ਹੁਣ ਇਹਨਾਂ ਨੇ ਪੈਸੇ ਪੈਸੇ ਮਗਰ ਲੋਕ ਜਾ ਰਹੇ ਨੇ, ਤਾਂ ਮੋਸਟ ਮੋਟਾ ਮੈਨੂੰ ਜੋ ਪੰਜਾਬ ਦਾ, ਪੰਜਾਬ ਦੇ ਸਿੱਖ ਕਮਿਊਨਿਟੀ ਲਗਾ ਲਓ ਜਾਂ ਤੁਸੀਂ ਜੱਟ ਕਮਿਊਨਿਟੀ ਲਗਾ ਲਓ, ਇਹਦਾ ਤਾਂ ਸਿੱਧਾ ਸਿੱਧਾ ਇਹ ਦੇਖਦਾ ਕਿ ਇਹ ਤਾਂ ਸਾਰੀ ਕੈਨੇਡਾ ਜਾਂ ਅਮਰੀਕਾ ਜਾਂ ਇੱਧਰ ਭੱਜੂਗੀ, ਜਿਹੜੇ ਵੀ ਕੰਟਰੀਜ਼ ਨੇ ਆਸਟ੍ਰੇਲੀਆ ਵਗੈਰਾ ਦੇ ਵਿੱਚ ਜਾਊਗੀ, ਕਿਉਂਕਿ ਇੱਥੇ ਇਹਦੀ ਹੁਣ ਦਾਲ ਨਹੀਂ ਗਲੂਗੀ ਅਤੇ ਇਹਨੂੰ ਜਿੰਨਾ ਲਾਲਚ ਚਾਹੀਦਾ ਇੰਨਾ ਲਾਲਚ ਜ਼ਮੀਨ ਦੇ ਵਿੱਚ ਹੁਣ ਪੋਟੈਂਸ਼ੀਅਲ ਨਹੀਂ ਹੈਗਾ ਆਪਣੀ ਲੈਂਡ ਦੇ ਵਿੱਚ ਕਿ ਉਹ ਇਹਦਾ ਢਿੱਡ ਭਰ ਸਕੇ। ਹਾਂ ਮਤਲਬ ਉਹ ਜਿਹੜਾ ਇਹਦੇ ਮਨ ਦਾ ਲਾਲਚ ਆ ਨਾ, ਉਹ ਇਹਨੂੰ ਪੂਰਾ ਨਹੀਂ ਕਰ ਸਕਦੀ, ਉਹਦੇ ਵਾਸਤੇ ਬੰਦਾ ਰੇਡੀ ਨਹੀਂ ਹੈਗਾ, ਕਿਉਂਕਿ ਇਹ ਲਾਲਚੀ ਬੰਦਾ ਇੱਕ ਤਰੀਕੇ ਦਾ, ਚਾਹੇ ਬੁਰਾ ਵੀ ਲੱਗੇ ਕਈ ਲੋਕਾਂ ਨੂੰ, ਆਪਣਾ ਜਿਹੜਾ ਦਿਮਾਗ ਆ, ਮੈਂ ਸਣੇ ਮੈਂ ਆਪਣੇ ਆਪ ਨੂੰ ਵੀ ਕਹਿੰਦਾ ਕਿ ਅਸੀਂ ਲਾਲਚੀ ਲੋਕ ਹਾਂ, ਸਾਨੂੰ ਸਾਨੂੰ ਹੁਣ ਹੈ ਨਾ, ਸਾਨੂੰ ਹੁਣ ਤਸੱਲੀ ਨਹੀਂ ਹੁੰਦੀ ਕਿ ਅਸੀਂ ਸਬਰ ਸੰਤੋਖ ਨਾਲ ਨਹੀਂ ਜ਼ਮੀਨ ਦੇ ਨਾਲ ਜਿਉਂ ਸਕਦੇ, ਸਾਨੂੰ ਐਂ ਹੁੰਦਾ ਕਿ ਲੁੱਟਣਾ, ਜਿੰਨਾ ਕੱਢ ਸਕੀਏ ਕੱਢ ਸਕੀਏ, ਹੁਣ ਇੱਥੋਂ ਲੁੱਟ ਚੁੱਕੇ ਹਾਂ ਤੇ ਹੁਣ ਅਸੀਂ ਕੈਨੇਡਾ ਕੈਨੇਡਾ ਅਮਰੀਕਾ ਜਾਵਾਂਗੇ, ਲੁੱਟਣ ਜਾਵਾਂਗੇ। ਇਹ ਆਪਣੇ ਜਿਹੜੀ ਰਹਿਣ ਸਹਿਣ ਤੋਂ ਵੀ ਨਜ਼ਰ ਆਉਂਦਾ ਹੁੰਦਾ, ਪੰਜਾਬੀਆਂ ਦਾ ਰਹਿਣ ਸਹਿਣ ਕਹਿੰਦੇ ਨੇ ਬੜਾ ਖੁੱਲ੍ਹਾ ਹੁੰਦਾ ਹੈ ਨਾ, ਆਪਾਂ ਬੜਾ ਪ੍ਰਾਊਡ ਫੀਲ ਕਰਦੇ ਹੁੰਦੇ ਹਾਂ ਇਹਦੇ 'ਤੇ, ਬਾਹਰ ਆ ਕੇ ਦੇਖ ਲਓ ਪੰਜਾਬੀ ਵਿਆਹ ਬੜੇ ਵੱਡੇ ਵੱਡੇ ਕਰਦੇ ਨੇ ਹੈ ਨਾ, ਵੀ ਆਪਣੇ ਵਿਆਹਾਂ ਵੂਹਾਂ 'ਤੇ ਕਿੰਨੇ ਪੈਸੇ ਲਾ ਦਿੰਦੇ ਨੇ, ਭਾਵਾਂ ਅੰਦਰ ਉਹ ਕਰਜ਼ਾ ਚੜਿਆ ਹੋਵੇ, ਗੱਡੀਆਂ ਵੱਡੀਆਂ ਵੱਡੀਆਂ ਖਰੀਦਣਗੇ, ਭਾਵਾਂ ਮੌਰਗੇਜ ਵਾਲੀਆਂ ਗੱਡੀਆਂ ਹੋਣ, ਕਿਸ਼ਤ ਭਾਵਾਂ ਦੀ ਭਰੀ ਜਾਂਦੀ ਹੋਵੇ ਨਾ ਭਰੀ ਜਾਂਦੀ ਹੋਵੇ, ਪਰ ਗੱਡੀਆਂ ਵੱਡੀਆਂ ਖਰੀਦਣੀਆਂ ਨੇ। ਤੇ ਇਹਦੇ ਤੋਂ ਝਲਕਦੀ ਇਹ ਚੀਜ਼ ਵੀ ਆਪਣੇ ਸੁਭਾਅ ਤੋਂ ਵੀ ਝਲਕਦੀ ਇਹ ਚੀਜ਼ ਵੀ ਆਪਾਂ ਆਪਣਾ ਜਿਹੜਾ ਪਿਛੋਕੜ ਹੈ ਉਹ ਥੋੜਾ ਦਿਖਾਵੀ ਜ਼ਿਆਦਾ ਰਿਹਾ, ਤੇ ਆਪਾਂ ਪੈਸੇ ਦੇ ਪੈਸੇ ਨਾਲ ਬੜੇ ਅਟਰੈਕਟ ਹੁੰਦੇ ਆ ਬੇਸਿਕਲੀ, ਆਪਾਂ ਇਹ ਕਹਿ ਸਕਦੇ ਹਾਂ ਪੈਸੇ ਮਗਰ ਭੱਜਦੇ ਬਹੁਤ ਆ ਆਪਾਂ, ਤੇ ਇਹਦੇ ਕਰਕੇ ਆਪਣਾ ਨੁਕਸਾਨ ਕਰ ਚੁੱਕੇ ਹਾਂ। ਪੈਸਾ ਨਹੀਂ ਮਤਲਬ ਆਪਾਂ ਆਪਾਂ ਹਮੇਸ਼ਾ ਨਾ ਕੁਦਰਤ ਤੋਂ ਟੁੱਟ ਚੁੱਕੇ ਆ ਜ਼ਿਆਦਾ, ਤੇ ਅਸੀਂ ਨਾ ਹਮੇਸ਼ਾ ਅਸੀਂ ਹਮੇਸ਼ਾ ਨਾ ਘੱਟੋ ਘੱਟ ਮਿਹਨਤ 'ਚ ਜ਼ਿਆਦਾ ਤੋਂ ਜ਼ਿਆਦਾ ਚੀਜ਼ ਲੈਣਾ ਚਾਹੁੰਦੇ ਹੁੰਦੇ ਹਾਂ, ਜਾਂ ਆਪਾਂ ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਸੀ ਮੁੰਜੀ ਤੇ ਇੱਕ ਵਾਰ ਹੋਰ, ਕਿ ਜਿਹੜਾ ਸਮਾਜ ਹੈ ਉਹ ਨਾ
ਐਕਸਟ੍ਰੋਵਰਟ ਲੋਕਾਂ ਦਾ ਜ਼ਿਆਦਾ, ਇੰਟਰਵਰਟ ਲੋਕਾਂ ਦਾ ਘੱਟ ਹੈ, ਹੈ ਨਾ। ਇਹਨੂੰ ਮੈਂ ਹੁਣ ਫਿਰ ਸਾਈਕੋਲੋਜੀ 'ਤੇ ਮੁੜ ਕੇ ਲੈ ਕੇ ਆ ਰਹੀ ਹਾਂ ਕਿ ਇਹ ਨਹੀਂ ਹੈਗਾ ਕਿ ਆਪਾਂ 100% ਇੱਦਾਂ ਦੇ ਹੀ ਲੋਕ ਹਾਂ। ਵਿੱਚ ਆਲਮੋਸਟ 40-45% ਲੋਕ ਥੋੜ੍ਹੇ ਦੂਜੇ ਤਰੀਕੇ ਦੇ ਵੀ ਹੋਣਗੇ ਜਿਵੇਂ ਆਪਾਂ ਸੋਚ ਰਹੇ ਹਾਂ, ਹੈ ਨਾ, ਜਿਹੜੇ ਕਿ ਖਿਆਲ ਰੱਖਦੇ ਨੇ, ਜਿਹਨਾਂ ਨੂੰ ਫਿਕਰ ਹੈਗੀ ਹੈ, ਜ਼ਮੀਨ ਦੀ ਵੀ ਫਿਕਰ ਹੈਗੀ ਹੈ ਅਤੇ ਸਾਰੀ ਚੀਜ਼ਾਂ ਦੀ ਫਿਕਰ ਹੈ, ਪਰ ਕਿਉਂਕਿ ਉਹਨਾਂ ਦਾ ਸੁਭਾਅ ਡਿਫਰੈਂਟ ਹੈ, ਉਹ ਵੱਧ ਚੜ੍ਹ ਕੇ ਨਹੀਂ ਆਉਂਦੇ ਅੱਗੇ। ਜਿਹੜੇ ਅੱਗੇ ਆਉਂਦੇ ਨੇ ਉਹ ਜਿਹੜੇ ਸਾਰੇ ਨੇਤਾ ਦੇਖ ਲਓ, ਆਪਣੀ ਪੋਲੀਟਿਕਸ ਕਿੰਨੀ ਬਦਨਾਮ ਹੈ, ਹੈ ਨਾ, ਵੀ ਕੋਈ ਬਣਨਾ ਨਹੀਂ ਚਾਹੁੰਦਾ ਪੋਲੀਟਿਕਸ ਦੇ ਵਿੱਚ, ਕਿੱਦਾਂ ਦੇ ਲੋਕ ਨੇ ਸਾਰੇ ਉਹ, ਉਹ ਇੱਕ ਟਿਪੀਕਲ ਟਾਈਪ ਆਫ ਪਰਸਨੈਲਿਟੀਜ਼ ਨੇ ਵੀ, ਬਹੁਤ ਐਕਸਟ੍ਰੋਵਰਟ, ਬੜੇ ਮੀਨ ਜੇ ਇਸ ਤਰੀਕੇ ਦੇ ਲੋਕ ਆਗੂ ਬਣ ਗਏ, ਮਤਲਬ ਜਿਹੜੇ ਬੁਰੇ ਲੱਗੇ ਹੋਏ ਨੇ, ਇਹੋ ਜਿਹੇ ਲੋਕ ਲੱਗੇ ਹੋਏ ਨੇ, ਅਤੇ ਉਹਨਾਂ ਦੀਆਂ ਪੋਲਿਸੀਜ਼ ਬਣਾਈਆਂ ਹੁੰਦੀਆਂ ਨੇ ਅਤੇ ਇੰਪਲੀਮੈਂਟ ਸਾਰਿਆਂ 'ਤੇ ਹੋ ਜਾਂਦੀਆਂ ਨੇ। ਜਿਹੜੇ ਬਾਕੀ ਨਹੀਂ ਬੋਲਦੇ ਹੈਗੇ, 40-45% ਬੈਠੇ ਨੇ, ਉਹਨਾਂ 'ਤੇ ਵੀ ਇੰਪਲੀਮੈਂਟ ਹੋ ਜਾਂਦੀਆਂ ਨੇ। ਇਹ ਜ਼ਮੀਨਾਂ ਆਪਣੀਆਂ ਵੀ ਨੇ, ਆਪਾਂ ਆਪਣੀ ਜ਼ਮੀਨਾਂ ਦੀ ਪਰਵਾਹ ਹੀ ਨਹੀਂ ਕਰ ਰਹੇ, ਆਪਾਂ ਕਹਿੰਦੇ ਜੋ ਉਹਨਾਂ ਨੇ ਪੋਲਿਸੀ ਬਣਾਈ ਹੈ ਚਲੋ ਉਹ ਤਾਂ ਕਰਨੀ ਪੈਣੀ ਹੈ, ਉਹ ਤਾਂ ਹੁਣ ਲੱਗਣੀ ਹੈ, ਸਾਡੇ 'ਤੇ ਲਾਗੂ ਹੋਣੀ ਹੋਣੀ, ਆਪਾਂ ਐਕਸੈਪਟ ਵੀ ਬਹੁਤ ਈਜ਼ੀ ਕਰ ਲੈਂਦੇ ਹਾਂ ਨਾ ਚੀਜ਼ਾਂ ਨੂੰ। ਅਤੇ ਆਪਾਂ ਆਉਣ ਵਾਲੇ ਟਾਈਮ 'ਚ ਜਿਵੇਂ ਸਾਈਕੋਲੋਜੀ ਦੀ ਹੋਰ ਸੀਰੀਜ਼ 'ਚ ਡਿਸਕਸ ਕਰਾਂਗੇ ਵੀ ਚੁੱਪ ਰਹਿਣ ਨਾਲ ਜਾਂ ਤੁਹਾਡਾ ਸੁਭਾਅ ਡਿਫਰੈਂਟ ਹੋਣ ਦੇ ਨਾਲ, ਤੁਹਾਡੀ ਪਰਸਨੈਲਿਟੀ ਟਾਈਪ ਡਿਫਰੈਂਟ ਹੋਣ ਦੇ ਨਾਲ ਵੀ ਤੁਹਾਡੇ ਇਨਵਾਇਰਮੈਂਟ 'ਤੇ ਬਹੁਤ ਫਰਕ ਪੈਂਦਾ, ਤੁਹਾਡੇ ਆਸ ਪਾਸ, ਤੁਹਾਡੇ ਮਾਹੌਲ 'ਤੇ, ਤੁਹਾਡੇ ਸੋਸ਼ਲ ਕਲਚਰ 'ਤੇ ਇੰਪੈਕਟ ਪੈਂਦਾ, ਅਤੇ ਉਹ ਇੰਪੈਕਟ ਅੱਗੇ ਕਿਵੇਂ ਤੁਹਾਨੂੰ ਨੁਕਸਾਨਦਾਇਕ ਕਿਵੇਂ ਬਣਦਾ ਹੈ ਗਾਹਾਂ ਜਾ ਕੇ, ਇਹ ਵੀ ਸਮਝਣਾ ਜ਼ਰੂਰੀ ਹੈ। ਅਤੇ ਆਪਣਾ ਜਿਹੜੀ ਮਿੱਠੀ ਜੇਲ, ਆਪਣਾ ਪਰਪਸ ਹੈ ਬੇਸਿਕਲੀ, ਆਪਣਾ ਬੇਸਿਕ ਪਰਪਸ ਇਹੀ ਹੈ ਨਾ ਕਿ ਇਹੋ ਜਿਹੇ ਮੁੱਦਿਆਂ ਨੂੰ ਚੱਕਣਾ ਅਤੇ ਇਹਨੂੰ ਅੱਗੇ ਲੈ ਕੇ ਆਉਣਾ, ਕਿ ਤਾਂ ਕਿ ਜਿਹੜੇ ਆਪਣੇ ਨਾਲ ਸਾਰੇ ਜੁੜੇ ਨੇ ਇਹ ਚੀਜ਼ ਨੂੰ ਸਮਝਣ, ਐਟਲੀਸਟ ਸਮਝ ਕੇ ਫਿਰ ਆਪਣੇ ਦਿਮਾਗ 'ਚ ਕੋਈ ਸੋਚ ਉੱਠੇ ਜਾਂ ਕੋਈ ਆਪਣੀ ਆਪਣੀ ਜੀ ਕਰੇ ਕੁਛ ਕਰਨ ਨੂੰ, ਅਤੇ ਇਹਨੂੰ ਆਪਾਂ ਅੱਗੇ ਲੈ ਕੇ ਜਾਈਏ, ਇਹਦਾ ਕੋਈ ਸਲਿਊਸ਼ਨ ਲੱਭੀ ਅੱਗੇ ਇਹ ਪ੍ਰੋਬਲਮਸ ਦਾ। ਬੇਸਿਕਲੀ ਆਪਾਂ ਇਹਨੂੰ ਇਹਨੂੰ ਆਪਣਾ ਆਪਣੇ ਚੈਨਲ ਦੇ ਨਾਲ ਵੀ ਕਨੈਕਟ ਕਰ ਰਹੀ ਹਾਂ ਅਤੇ ਆਪਣੀ ਸਾਈਕੋਲੋਜੀ ਦੀ ਸੀਰੀਜ਼ ਦੇ ਨਾਲ ਵੀ ਕਨੈਕਟ ਕਰ ਰਹੀ ਹਾਂ। ਐਵਰੀਥਿੰਗ ਇਜ਼ ਕਨੈਕਟਡ, ਆਪਾਂ ਚੀਜ਼ਾਂ ਨੂੰ ਵੰਡ ਕੇ ਨਹੀਂ ਦੇਖ ਸਕਦੇ, ਆਪਾਂ ਨੂੰ ਐਜ਼ ਅ ਹੋਲਿਸਟਿਕ ਦੇਖਣਾ ਪੈਣਾ ਹਰੇਕ ਚੀਜ਼ ਨੂੰ। ਤੇ ਜਦੋਂ ਆਪਾਂ ਧਰਮ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਵੱਧ ਇੱਕ ਓਮਕਾਰ ਦੀ ਗੱਲ ਕਰਦੇ, ਉਹ ਮਤਲਬ ਹੈਗਾ ਹੀ ਇੱਕ ਤੇ ਆ ਕਿ ਆਪਾਂ ਸਭ ਇੱਕ ਆ, ਤੇ ਉਸ ਵੰਡਣ ਨੂੰ ਆਪਾਂ ਸਭ ਤੋਂ ਮੂਹਰੇ ਆ ਇੱਕ ਤਰੀਕੇ ਦਾ, ਮਤਲਬ ਤਾਂ ਮੈਨੂੰ ਬਹੁਤ ਜ਼ਬਰਦਸਤ ਕੰਟਰਾਸਟ ਦਿਖਦਾ ਹੁੰਦਾ ਆਪਣੇ ਸਮਾਜ ਦੇ, ਧਰਮ ਦੇ ਵਿੱਚ ਤੇ ਸਮਾਜ ਜਿਵੇਂ ਐਕਟ ਕਰਦਾ ਉਹਦੇ ਵਿੱਚ। ਤੇ ਤਾਂ ਮਤਲਬ ਆਪਾਂ ਥੋੜ੍ਹਾ ਜਿਹਾ ਜਿਹੜੇ ਕਮੈਂਟ ਵਗੈਰਾ ਵੀ ਕਰਦੇ ਹੁੰਦੇ ਨਾ, ਉਦੋਂ ਇਹ ਕਹਿੰਦੇ ਹੁੰਦੇ ਕਿ ਠੀਕ ਆ ਲਿਖਿਆ ਬਹੁਤ ਕੁਛ ਆ, ਪਰ ਉਹ ਝਲਕ ਤਾਂ ਰਿਹਾ ਨਹੀਂ ਸਮਾਜ ਦੇ ਵਿੱਚ, ਜਿਹੜਾ ਉਹਦਾ ਰੋਲ ਸੀਗਾ, ਜਦੋਂ ਜਿਹੜਾ ਗ੍ਰੰਥਾਂ ਦਾ ਰੋਲ ਸੀ ਉਹ ਸਮਾਜ ਦੇ ਵਿੱਚ ਝਲਕ ਨਹੀਂ ਰਿਹਾ, ਤਾਂ ਉਦੋਂ ਆਪਾਂ ਕਹਿ ਦਿੰਦੇ ਹਾਂ ਸਮਾਜ ਦੀ ਗਲਤੀ ਆ। ਮੈਂ ਮੰਨਦਾ ਕਿ ਦੇਖੋ, ਮੰਨ ਕੇ ਚਲੋ ਮੈਂ ਕੋਈ ਕਿਤਾਬ ਲਿਖੀ ਆ, ਤਾਂ ਉਹ ਮੇਰੀ ਜ਼ਿੰਮੇਵਾਰੀ ਬਣਦੀ ਆ ਨਾ ਕਿ ਮੈਂ ਦੱਸਣਾ ਚਾਹੁੰਦਾ, ਕਿ ਸਮਝਾਉਣਾ ਚਾਹੁੰਦਾ ਲੋਕਾਂ ਨੂੰ। ਮੈਂ ਤਾਂ ਨਹੀਂ ਕਹਿ ਸਕਦਾ ਮੇਰੀ ਕਿਤਾਬ ਲੋਕਾਂ ਨੂੰ ਨਹੀਂ ਸਮਝ ਆਉਂਦੀ, ਤਾਂ ਉਹਨਾਂ ਦੀ ਗਲਤੀ ਆ। ਉਹ ਮੇਰੇ ਲਿਖਣ ਦੇ ਤਰੀਕੇ 'ਚ ਹੋ ਸਕਦਾ, ਜਾਂ ਮੈਂ ਕਿਤਾਬ ਤੋਂ ਬਿਯੋਂਡ ਜਾਵਾਂ, ਮੈਂ ਕੋਈ ਨਾਟਕ ਖੇਡਾਂ ਜਾਂ ਮੈਂ ਲੋਕਾਂ ਦੇ ਵਿੱਚ ਡਿਬੇਟਸ ਕਰਾਂ, ਮੈਂ ਦੇਖੂੰਗਾ ਨਾ ਕਿ ਲੋਕਾਂ ਤੱਕ ਗੱਲ ਕਿਵੇਂ ਪਹੁੰਚੇ। ਜੇ ਮੈਨੂੰ ਕੋਈ ਗੱਲ ਸਮਝ ਆਈ ਆ, ਤਾਂ ਅਸੀਂ ਉਹਨੂੰ ਦੇਖਾਂਗੇ ਕਿ ਲੋਕਾਂ ਤੱਕ ਗੱਲ ਕਿਵੇਂ ਪਹੁੰਚੇ। ਉਹ ਤਾਂ ਮੇਰੀ ਗਲਤੀ ਆ ਨਾ ਕਿ ਮੈਂ ਪਹੁੰਚਾਉਣ 'ਚ ਕਾਮਯਾਬ ਨਹੀਂ ਹੋ ਰਿਹਾ। ਜਿਹਨੂੰ ਜੇ ਉਹਦਾ ਇੰਨਾ ਦਿਮਾਗ ਹੁੰਦਾ ਤਾਂ ਉਹਨੂੰ ਸਮਝ ਆ ਜਾਣੀ ਸੀ ਪਹਿਲਾਂ। ਜੇ ਬੰਦੇ ਦੇ ਇੰਨਾ ਇਹ ਤਾਂ ਜਿਹਨੂੰ ਸਮਝ ਆਈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਲੋਕਾਂ ਨੂੰ ਸਮਝਾਉਣਾ, ਨਾ ਕਿ ਜਿਹੜੇ ਥੱਲੇ ਲੋਕ ਨੇ ਉਹਨਾਂ ਨੂੰ ਨਹੀਂ ਸਮਝ ਆ ਰਹੀ ਤਾਂ ਉਹਨਾਂ ਦੀ ਗਲਤੀ ਆ। ਇਹ ਮੈਂ ਇਸ ਪੁਆਇੰਟ ਤੇ ਵੀ ਆਉਣਾ। ਤੇ ਜਿਹੜੀ ਤੁਸੀਂ ਗੱਲ ਕਹੀ ਸੀਗੀ ਕਿ ਹੁਣ ਫਿਊਚਰ ਕਿਵੇਂ ਆ, ਅੱਗੇ ਕਿਵੇਂ ਆ, ਉਹਦੇ 'ਚ ਇਹੀ ਆ ਕਿ ਜਿੰਨੀ ਛੇਤੀ ਆਪਾਂ, ਦੋ ਹੀ ਤਰੀਕੇ ਨੇ, ਜਾਂ ਤਾਂ ਕੁਛ ਇਹੋ ਜਿਹਾ ਘਸਣ ਮਸਲ ਹੋਊਗਾ ਕਿ ਲੋਕ ਦੁਨੀਆਂ ਦੁਆਰਾ ਤੋਂ ਚੱਲੂਗੀ, ਭੁੱਲ ਜਾਣਗੇ, ਤਕੜੀਆਂ ਟੁੱਟ ਜਾਣਗੀਆਂ, ਹੈ ਨਾ, ਕਿ ਲੋਕ ਖਤਮ ਹੋ ਜਾਣਗੇ, ਦੁਆਰਾ ਤੋਂ ਚੱਲੂਗੀ ਸਿਸਟਮ। ਜਾਂ ਇਹ ਤਰੀਕਾ ਹੋ ਸਕਦਾ ਕਿ ਹੁਣ ਸਮਝਦੇ ਤੁਸੀਂ ਇੰਨਾ ਜ਼ਿਆਦਾ ਸਮਝ ਲਓ ਕਿ ਜਿਹੜਾ ਉਹ ਇੱਕ ਓਮਕਾਰ ਲਿਖਿਆ ਸੀ ਉਹ ਤੁਹਾਨੂੰ ਸਮਝ ਆਉਣ ਲੱਗ ਜਾਵੇ।
ਤੇ ਹੁਣ ਫਿਰ ਤੁਸੀਂ ਇਸ ਪੁਆਇੰਟ ਤੇ ਪਹੁੰਚੋ ਕਿ ਯਾਰ ਇਹਦਾ ਤਾਂ ਕੋਈ ਅੰਤ ਨਹੀਂ, ਵੰਡ ਵੰਡ ਕੇ ਘਿਓ ਚੋਂ ਮੱਖਣ ਚੋਂ ਘਿਓ ਕੱਢ ਲਿਆ, ਘਿਓ ਚੋਂ ਹੁਣ ਅੱਗੇ ਕੁਛ ਹੋਰ ਕੱਢ ਲਾਂਗੇ, ਹੋਰ ਕੱਢ ਲਾਂਗੇ, ਇਹਦਾ ਅੰਤ ਨਹੀਂ ਕੁਛ ਵੀ, ਇਹਦਾ ਕੋਈ ਅੰਤ ਨਹੀਂ। ਤੁਸੀਂ ਜਿੰਨਾ ਮਰਜ਼ੀ ਟਾਈਮ ਥੋੜਾ ਸਾਦਗੀ ਵੱਲ ਨੂੰ ਵਾਪਸੀ ਹੋਵੇ, ਨਹੀਂ ਸਾਦਗੀ ਨਹੀਂ, ਮੈਂ ਵਰਡ ਸਾਦਗੀ ਨਹੀਂ ਯੂਜ਼ ਕਰੂੰਗਾ, ਮੈਂ ਉਹਨੂੰ ਕਹੂੰਗਾ ਕਿ ਜਿਵੇਂ ਤੁਹਾਨੂੰ ਇਹ ਸਮਝ ਆਈ ਸੀਗੀ ਕਿ ਹਾਂ ਯਾਰ ਗਾਂ ਰੱਖ ਲਈਏ ਹੈ ਨਾ, ਗਾਂ ਚੋਂ ਫਿਰ ਦੁੱਧ ਕੱਢ ਲਈਏ, ਦੁੱਧ ਚੋਂ ਮੱਖਣ ਕੱਢ ਲਈਏ, ਮੱਖਣ ਚੋਂ ਘਿਓ ਬਣਾ ਲਈਏ, ਅੱਜ ਆਪਾਂ ਨੂੰ ਸਮਝ ਆ ਜਾਵੇ ਕਿ ਪਹਿਲਾਂ ਕੁਦਰਤ ਨੇ ਐਂ ਕਿਉਂ ਨਹੀਂ ਕੀਤਾ, ਕੁਦਰਤੀ ਤੌਰ ਤੇ ਉਹਨੇ ਹਿਰਨ ਕਿਉਂ ਬਣਾਏ, ਉਹਨੇ ਸ਼ੇਰ ਕਿਉਂ ਬਣਾਇਆ, ਉਹਨੇ ਦਰਖਤ ਕਿਉਂ ਬਣਾਏ, ਇਹਦਾ ਮੈਨੂੰ ਕੀ ਫਾਇਦਾ, ਮਤਲਬ ਹਿਰਨ ਫਿਰਦੇ ਨੇ ਮੈਨੂੰ ਕੀ ਫਾਇਦਾ, ਸ਼ੇਰ ਦਾ ਮੈਨੂੰ ਕੀ ਫਾਇਦਾ, ਆਪਾਂ ਹੀ ਸੋਚਦੇ ਨਾ, ਮੈਨੂੰ ਤਾਂ ਗਾਂ ਤੋਂ ਫਾਇਦਾ, ਉਹ ਵੀ ਉਦੋਂ ਸਮਝ ਆਇਆ ਕਿ ਉਹ ਗਾਂ ਦਾ ਦੁੱਧ ਮੈਨੂੰ ਦੇ ਦੂਗੀ, ਗਾਂ ਦੁੱਧ, ਫਿਰ ਸਾਨੂੰ ਦੁੱਧ ਤੋਂ ਮੈਨੂੰ ਕੀ ਫਾਇਦਾ, ਮੈਨੂੰ ਤਾਂ ਯਾਰ ਮੱਖਣ ਤੋਂ ਹੀ ਫਾਇਦਾ ਵਿੱਚ, ਬਾਕੀ ਤਾਂ ਲੱਸੀ ਜੀ ਹੁੰਦੀ ਆ ਹਨਾ, ਫਿਰ ਅਸੀਂ ਕਿਹਾ ਮੱਖਣ ਤੋਂ ਕੀ ਫਾਇਦਾ, ਮੈਨੂੰ ਤਾਂ ਘਿਓ ਤੋਂ ਫਾਇਦਾ ਹਨਾ, ਆਪਾਂ ਨੂੰ ਨਾ ਸਮਝ, ਅਸੀਂ ਨਾ ਬੜਾ ਲਿਮਿਟਿਡ ਸਮਝਣ ਵਾਲੇ ਲੋਕ ਆ, ਅਸੀਂ ਇੱਕੋ ਮਕਾਰ ਵਾਂਗੂ ਇੱਕੋ ਇੱਕ ਸਭ ਨੂੰ ਇੱਕ ਨਹੀਂ ਦੇਖਦੇ, ਅਸੀਂ ਉਹਨੂੰ ਤੋੜ ਲੈਂਦੇ ਹਾਂ, ਅਸੀਂ ਦੁੱਧ ਨੂੰ ਵੀ ਲੱਸੀ ਤੇ ਮੱਖਣ ਚ ਤੋੜ ਲੈਂਦੇ, ਮੇਰਾ ਤੇਰਾ ਚ ਦੇਖ ਲੈਂਦੇ ਬੇਸਿਕਲੀ, ਆਪਾਂ ਇਹ ਕਹਿੰਦੇ ਹਾਂ ਕਿ ਆਪਾਂ ਇਸ ਧਰਤੀ ਜਾਂ ਪੂਰੇ ਯੂਨੀਵਰਸ ਦਾ ਨਾ ਆਪਾਂ ਬ੍ਰਹਿਮੰਡ ਦਾ ਇੱਕ ਪਾਰਟ ਹਾਂ, ਅਤੇ ਆਪਣੇ ਵਿੱਚ ਸਾਰੀਆਂ ਚੀਜ਼ਾਂ ਨੇ, ਜੋ ਚੀਜ਼ਾਂ ਬਾਹਰ ਨੇ ਉਹ ਚੀਜ਼ਾਂ ਆਪਣੇ ਅੰਦਰ ਵੀ ਨੇ ਬੇਸਿਕਲੀ, ਅਤੇ ਜੋ ਤੁਸੀਂ ਬਾਹਰੋਂ ਕਾਟਾ ਮਾਰੋਗੇ ਜਿਹੜੀ ਚੀਜ਼ਾਂ, ਅਤੇ ਉਹ ਤੁਹਾਡੇ ਅੰਦਰ ਵੀ ਕਾਟਾ ਵੱਜਦਾ ਜਾਊਗਾ ਉਸ ਚੀਜ਼ 'ਤੇ, ਅਤੇ ਉਹਦੇ ਨਾਲ ਤੁਹਾਨੂੰ ਮਾਨਸਿਕ ਬਿਮਾਰੀਆਂ, ਤੁਹਾਨੂੰ ਸਰੀਰਕ ਬਿਮਾਰੀਆਂ, ਕੋਈ ਨਾ ਕੋਈ ਤੁਹਾਡੇ 'ਚ ਘਾਟ ਆਉਂਦੀ ਜਾਏਗੀ, ਅਤੇ ਇਸ ਕਰਕੇ ਜੋ ਇੱਕੋ ਮਕਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਮਤਲਬ ਕੀ ਹੈ ਇੱਕੋ ਮਕਾਰ ਦਾ? ਇੱਕੋ ਮਕਾਰ ਦਾ ਮਤਲਬ ਬੇਸਿਕਲੀ ਐਵਰੀਥਿੰਗ, ਇੰਕਲੂਡਿੰਗ ਜੋ ਤੂੰ ਸ਼ੇਰ ਹਿਰਨ ਕਹਿ ਰਹੇ ਹਾਂ, ਸਾਰੀਆਂ ਚੀਜ਼ਾਂ, ਆਪਾਂ ਨੂੰ ਸਾਰੀਆਂ ਚੀਜ਼ਾਂ ਦੀ ਲੋੜ ਹੈ, ਆਪਾਂ ਸਾਰੇ ਲਿੰਕਡ ਹੈ ਇੱਕ ਦੂਜੇ ਦੇ ਨਾਲ, ਤਾਂ ਉਹ ਚੀਜ਼ ਨੂੰ ਸਮਝਣਾ ਜ਼ਰੂਰੀ ਹੈ, ਜੋ ਕਿ ਬਹੁਤ ਵੱਡੀ ਚੇਂਜ ਹੈ ਮੁੰਜੀ ਜੋ ਤੂੰ ਗੱਲ ਕਰ ਰਿਹਾ ਹੈ, ਇਹ ਤਾਂ ਬਹੁਤ ਵੱਡੀ ਚੇਂਜ ਹੈ ਬੇਸਿਕਲੀ। ਹੁਣ ਇਹਨੂੰ ਆਪਾਂ ਆਪਣੀ ਡੇ ਟੂ ਡੇ ਲਾਈਫ ਦੇ ਨਾਲ ਕਿਵੇਂ ਐਸੋਸੀਏਟ ਕਰਨਾ, ਕਿਵੇਂ ਨਹੀਂ ਐਸੋਸੀਏਟ ਕਰਨਾ, ਇਹ ਮੈਂ ਤੁਹਾਨੂੰ ਇੱਕ ਮਾੜਾ ਜਿਹਾ ਦੱਸਾਂ, ਕਈ ਲੋਕਾਂ ਨੂੰ ਐਂ ਲੱਗੂਗਾ ਕਿ ਹੁਣ ਮਿਨਰਲ ਦੀ ਕਮੀ ਹੋ ਗਈ ਮੇਰੇ ਅੰਦਰ, ਕਿ ਮੈਂ ਤਾਂ ਭਾਈ ਆਇਰਨ ਖਰੀਦ ਲੂੰਗਾ, ਸਮਝ ਰਹੇ ਹੋ ਹਨਾ, ਮੈਂ ਤਾਂ ਆਇਰਨ ਖਰੀਦ ਲੂੰਗਾ, ਮੈਨੂੰ ਕੀ ਆ, ਮੇਰੇ ਮਿਨਰਲ ਦੀ ਕਮੀ, ਆਇਰਨ ਖਰੀਦ ਲੂੰਗਾ। ਹੁਣ ਉਹ ਜਿਹੜੀ ਹੁਣ ਤੁਸੀਂ ਆਇਰਨ ਦੀ ਕਮੀ ਵੀ ਪੂਰੀ ਕਰ ਲਈ, ਮਿਨਰਲ ਖਰੀਦ ਵੀ ਲਿਆ, ਪਰ ਜਿਹੜਾ ਦਿਮਾਗ ਦੇ ਉੱਤੇ ਬੋਝ ਪਿਆ ਇਸ ਚੀਜ਼ ਨੂੰ ਸੋਚਣ ਦਾ ਕਿ ਮੈਂ ਟੈਸਟ ਕਰਾਵਾਂ, ਮੇਰੇ 'ਚ ਆਇਰਨ ਤਾਂ ਨਹੀਂ ਘੱਟ, ਮੇਰੇ 'ਚ ਫਲਾਨੀ ਜ਼ਿੰਕ ਤਾਂ ਨਹੀਂ ਘੱਟ ਗਈ, ਮੇਰੇ 'ਚ ਫਲਾਨਾ ਤਾਂ ਨਹੀਂ ਘੱਟ ਗਈ, ਉਹ ਫਿਰ ਸਾਈਕੋਲੋਜੀਕਲ ਬਿਮਾਰੀ ਬਣ ਜਾਣੀ। ਹੁਣ ਆਇਰਨ ਪੂਰਾ ਹੈਗਾ, ਹੁਣ ਦਿਮਾਗ 'ਚ ਬਿਮਾਰੀ ਵੜ ਗਈ, ਸਮਝ ਰਹੇ ਹੋ? ਹੁਣ ਜਦ ਦਿਮਾਗ 'ਚ ਬਿਮਾਰੀ ਵੜ ਗਈ, ਤੇ ਮੰਨ ਕੇ ਚਲੋ ਤੁਸੀਂ ਦਿਮਾਗ ਦੀ ਵੀ ਸਾਈਕੋਲੋਜਿਸਟ ਤੋਂ ਵੀ ਠੀਕ ਕਰਾ ਲਿਆ, ਮੁੜ ਕੇ ਤੁਹਾਡਾ ਮੁੰਡਾ ਹੀ ਲਾਲਚੀ ਆ, ਉਹ ਪਿਓ ਤੋਂ ਹੀ ਖੋ ਕੇ ਲੈ ਗਿਆ ਉਹਨੇ, ਜਿਵੇਂ ਆਪਾਂ ਨੀ ਕਹਿੰਦੇ ਔਰੰਗਜ਼ੇਬ ਨੇ ਆਪਣਾ ਪਿਓ ਹੀ ਮਾਰਤਾ ਸੀਗਾ ਐਂਡ ਦੇ ਵਿੱਚ, ਉਹ ਬਿਮਾਰੀ ਤੁਹਾਡੇ ਸਾਈਕੋਲੋਜੀ 'ਚ ਵੜ ਗਈ, ਦੋ ਬ੍ਰੇਨਾਂ ਦੇ ਕੰਬੀਨੇਸ਼ਨ ਤੇ ਵੜ ਗਈ ਆ ਕੇ, ਜਿੱਥੇ ਦੋ ਬ੍ਰੇਨ ਰਲਦੇ ਨੇ, ਤੁਹਾਡੇ ਬ੍ਰੇਨ ਤੋਂ ਬਾਹਰ ਦੀ ਗੱਲ ਆ ਗਈ ਹੁਣ ਹੈ। ਹੁਣ ਪ੍ਰੋਬਲਮ, ਮੈਂ ਤਾਂ ਇਸ ਗੱਲ ਨੂੰ ਜ਼ਿਆਦਾ ਦੱਸਣਾ ਚਾਹੁੰਦਾ ਕਿ ਜਿੰਨਾ ਮਰਜ਼ੀ ਤੁਸੀਂ ਦਿਮਾਗ ਲੜਾਈ ਚੱਲੋ, ਜਿੰਨਾ ਤੁਸੀਂ ਇਹ ਪ੍ਰੋਬਲਮ ਆਏ ਨਹੀਂ ਸੋਲਵ ਹੋਊਗੀ, ਪ੍ਰੋਬਲਮ ਉੱਦਣ ਜਿੱਦਣ ਆਪਸੀ ਰੋਕੀਏ। ਜਿਵੇਂ ਤੁਸੀਂ ਮੰਨ ਕੇ ਚੱਲੋ ਤੁਸੀਂ ਪੰਜਾਬ 'ਚੋਂ ਤੁਰੇ, ਤੁਸੀਂ ਕਹਿੰਦੇ ਮੈਂ ਤਾਂ ਜੀ ਬੰਬੇ ਨੂੰ ਜਾਣਾ ਹੈ, ਹੁਣ ਤੁਸੀਂ ਗੱਡੀ ਤੋਰ ਲਈ, ਤੁਹਾਨੂੰ ਰਸਤਾ ਹੀ ਨਹੀਂ ਪਤਾ ਬੰਬੇ ਨੂੰ ਕਿਹੜੇ ਪਾਸੇ ਨੂੰ ਆ, ਤੇ ਤੁਸੀਂ ਹਿਮਾਚਲ ਵੱਲ ਨੂੰ ਮੂੰਹ ਕਰ ਲਿਆ, ਜਿਵੇਂ ਹਿਮਾਚਲ ਵੱਲ ਨੂੰ ਮੂੰਹ ਕੀਤਾ, ਛੋਟੀ ਛੋਟੀ ਪਹਾੜੀਆਂ ਆਉਣੀ ਸ਼ੁਰੂ ਹੋਈਆਂ, ਕੋਈ ਤਾਂ ਬੰਦਾ ਕਹੂਗਾ ਯਾਰ ਸਮਥਿੰਗ ਕੁਛ ਗਲਤ ਆ ਯਾਰ, ਬੰਬੇ ਵੱਲ ਤਾਂ ਪਹਾੜ ਨਹੀਂ ਆਉਣੇ ਚਾਹੀਦੇ ਸੀਗੇ, ਉਹ ਕੀ ਕਰੂਗਾ, ਸਭ ਤੋਂ ਪਹਿਲਾਂ ਗੱਡੀ ਰੋਕੂਗਾ। ਹੁਣ ਅਸੀਂ, ਮੈਂ ਉੱਥੇ ਕਹਿੰਦਾ ਕਿ ਜਦੋਂ ਜਿਹਨੂੰ ਵੀ ਡਾਊਟ ਆ ਰਿਹਾ, ਜਿਹਨੂੰ ਲੱਗ ਰਿਹਾ ਯਾਰ ਆਹ ਤਰੀਕਾ ਨਹੀਂ ਸਹੀ ਆ ਕਿ ਮੱਖਣ ਕੱਢ ਲਓ, ਘਿਓ ਕੱਢ ਲਓ, ਅੱਗੇ ਅੱਗੇ ਜਾਈ ਚੱਲੀਏ, ਇੱਥੇ ਗੱਲ ਨਹੀਂ ਬਣਨੀ, ਉਹ ਬੰਦਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉੱਥੇ ਰੋਕੂ, ਪੌਜ਼ ਦਊਗਾ, ਸੋਚੂਗਾ ਕਿ ਯਾਰ ਮੈਂ ਇੱਕ ਵਾਰੀ ਪੁੱਛ ਕੇ ਕਿਸੇ ਨੂੰ ਰਾਹਦਾਰ ਨੂੰ ਪੁੱਛ ਲਾਂ ਕਿ ਭਾਈ ਅੱਗੇ ਬੰਬੇ ਆ, ਉਹ ਅੱਗੇ ਤਾਂ ਸ਼ਿਮਲਾ ਹਨਾ,
ਉਹ ਜਿਹੜਾ ਕੰਮ ਆ ਉਹਦੇ ਵਾਸਤੇ ਅਸੀਂ ਕਹਿੰਦੇ ਕਿ ਕਿਤਾਬਾਂ ਪੜ੍ਹੋ, ਤੁਸੀਂ ਡਾਕੂਮੈਂਟਰੀਆਂ ਦੇਖੋ, ਤੁਸੀਂ ਸਲੋ ਡਾਊਨ ਹੋਵੋ, ਫਿਰ ਤੁਸੀਂ ਗੱਡੀ ਘੁਮਾਵੋਗੇ। ਉਹ ਸਭ ਤੋਂ ਔਖਾ ਟਾਈਮ ਆ ਕਿ ਸਾਰਿਆਂ ਦੀ ਗੱਡੀ ਉੱਧਰ ਨੂੰ ਜਾ ਰਹੀ ਹੈ, ਤੁਸੀਂ ਪੁੱਠੀ ਘੁਮਾਵੋਗੇ ਗੱਡੀ, ਫਿਰ ਗੱਡੀ ਘੁਮਾ ਕੇ ਫਿਰ ਤੁਸੀਂ ਬੰਬੇ ਵੱਲ ਨੂੰ ਜਾਵੋਗੇ, ਫਿਰ ਤੁਸੀਂ ਕਹੋਗੇ ਹਾਂ ਹੁਣ ਪਟੜੀ 'ਤੇ ਆ ਗਈ ਗੱਲ। ਅਤੇ ਇਹ ਜਿਹੜਾ ਸਕੂਨ ਆ ਇਹ ਸੇਮ ਉਹੀ ਸਕੂਨ ਹੋਊਗਾ ਜਿਹੜਾ ਤੁਹਾਨੂੰ ਇੱਧਰ ਨੂੰ ਚਲਾਉਣ 'ਚ ਆ ਰਿਹਾ ਸੀਗਾ। ਮਤਲਬ ਤੁਹਾਨੂੰ ਸਮਝ ਤਾਂ ਆਵੇ ਨਾ ਤੁਸੀਂ ਜ਼ਿੰਦਗੀ 'ਚ ਪਰਪਸ ਆਫ ਲਾਈਫ ਕੀ ਆ ਤੁਹਾਡਾ, ਕੀ ਪਰਪਸ ਆਫ ਲਾਈਫ ਕੀ ਤੁਹਾਡਾ, ਇਹ ਸੀਗਾ ਕਿ ਐਂਡ 'ਚ ਮੈਂ ਘਿਓ ਖਾ ਕੇ ਜਾਣਾ। ਫਿਰ ਜਿਉਂਦੇ ਤੁਸੀਂ ਉਦੋਂ ਵੀ ਸੀਗੇ ਜਦੋਂ ਤੁਸੀਂ ਹੰਟਰ ਗੈਦਰ ਸੀਗੇ, ਗੱਲਾਂ ਮੁੱਕਣੀਆਂ ਨੀ ਹੈਗੀਆਂ ਆਪਣੀਆਂ, ਤੇ ਆਪਾਂ ਆਉਣ ਵਾਲੇ ਟਾਈਮ 'ਚ ਇਹਨੂੰ ਨਾ ਪ੍ਰੋਪਰ ਇੱਕ ਤਰੀਕੇ ਦੇ ਨਾਲ ਗੱਲਾਂ ਕਰਾਂਗੇ ਇਹਦੇ ਆਪਣੇ ਸਰੋਤਿਆਂ ਦੇ ਨਾਲ, ਤਾਂ ਕਿ ਉਹਨਾਂ ਨੂੰ ਵੰਡ ਵੰਡ ਕੇ ਚੀਜ਼ਾਂ ਸਮਝ ਆਉਣ। ਮਤਲਬ ਆਪਾਂ ਇਹਨੂੰ ਜੋੜ ਤੋੜ ਕੇ ਹੌਲੀ ਹੌਲੀ ਕਰਕੇ ਸੀਰੀਜ਼ ਦੇ ਵਿੱਚ ਲੈ ਕੇ ਆ ਕੇ ਅਲੱਗ ਅਲੱਗ ਐਪੀਸੋਡਸ ਬਣਾ ਕੇ ਉਸ ਤਰੀਕੇ ਨਾਲ ਉਹਨੂੰ ਲੈ ਕੇ ਜਾਂਦੇ ਹਾਂ ਮੁੰਜਿਤ ਅੱਗੇ, ਅਦਰਵਾਈਜ਼ ਆਪਾਂ ਨੇ ਆਪਣੀ ਗੱਲ ਰੁਲ ਜਾਣੀ ਹੈ ਇੱਥੇ ਅਦਰਵਾਈਜ਼। ਠੀਕ ਹੈ, ਅਤੇ ਆਪਾਂ ਇਹਨੂੰ ਇੱਥੇ ਹੀ ਬੰਦ ਕਰਦੇ ਹਾਂ, ਅਤੇ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਨਾਲ ਜੁੜੇ ਨੇ ਉਹ ਸਾਡੀ ਅੱਗੇ ਵੀ ਇਹ ਜਿਹੜੀ ਸਾਡੀ ਡਿਸਕਸ਼ਨ ਹੈ ਕੰਟੀਨਿਊ ਹੋਏਗੀ, ਉਹਨੂੰ ਦੇਖਦੇ ਰਹਿਣਗੇ। ਅਤੇ ਆਪਣੇ ਕਮੈਂਟ ਜ਼ਰੂਰ ਪਾਓ ਜੀ, ਕਿਉਂਕਿ ਬਹੁਤ ਡਿਫਰੈਂਟ ਗੱਲ ਕੀਤੀ ਹੈ ਮੁੰਜਿਤ ਨੇ ਅੱਜ, ਮੇਰੇ ਨਾਲ ਵੀ ਬਹੁਤ ਡਿਫਰੈਂਟ ਹੋਈ ਹੈ ਇਹ ਗੱਲ ਜੋ ਮੁੰਜਿਤ ਨੇ ਪਹਿਲੀ ਵਾਰ ਕੀਤੀ ਹੈ, ਅਤੇ ਮੈਂ ਵੀ ਇਹਦੇ ਬਾਰੇ ਸੋਚਾਂਗੀ। ਅਤੇ ਤੁਸੀਂ ਆਪਣੇ ਕਮੈਂਟ ਪਾਓ, ਆਪਣੇ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਇਸ ਪ੍ਰੋਬਲਮ ਬਾਰੇ ਅਤੇ ਸਲਿਊਸ਼ਨ ਬਾਰੇ, ਜਾਂ ਸਲਿਊਸ਼ਨ ਤਾਂ ਨਹੀਂ ਜੋ ਵੀ ਪ੍ਰੋਬਲਮ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਇਹ ਸਾਡੇ ਨਾਲ ਸ਼ੇਅਰ ਕਰੋ, ਕਿਉਂਕਿ ਅਸੀਂ ਇੱਕ ਕਮਿਊਨਿਟੀ ਹਾਂ, ਅਸੀਂ ਤੁਹਾਡੇ ਨਾਲ ਕਨੈਕਟ ਹੋਣਾ ਚਾਹੁੰਦੇ ਹਾਂ ਐਜ਼ ਅ ਕਮਿਊਨਿਟੀ, ਅਤੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਤੁਸੀਂ ਕੀ ਸੋਚਦੇ ਹੋ ਇਹ ਚੀਜ਼ਾਂ ਨੂੰ ਲੈ ਕੇ, ਹੈ ਨਾ। ਅਤੇ ਆ ਜਾਓ ਆਪਾਂ ਗੱਲ, ਨਾਲੇ ਥੋੜ੍ਹਾ ਜਿਹਾ ਜੇ ਕਮੈਂਟਾਂ 'ਚ ਦੇ ਵਿੱਚ ਇਹ ਵੀ ਥੋੜ੍ਹਾ ਆਪਣੇ ਆਪਣੇ ਦੱਸਣ ਕਿ ਜਿਵੇਂ ਜ਼ਿਆਦਾ ਝੋਨਾ ਆਪਾਂ ਦੀ ਗੱਲ ਕੀਤੀ ਹੈ ਵੀ ਜ਼ਿਆਦਾ ਲੱਗ ਰਿਹਾ, ਜ਼ਿਆਦਾ ਝੋਨਾ ਲੱਗ ਰਿਹਾ, ਉਹਦੇ ਨਾਲ ਅੱਗੇ ਅੱਗੇ ਕੀ ਨੁਕਸਾਨ ਹੋ ਰਹੇ ਨੇ, ਰਾਈਟ, ਧਰਤੀ ਦੇ ਕਿਵੇਂ ਨੁਕਸਾਨ ਹੋ ਰਹੇ ਨੇ। ਅਤੇ ਫਿਰ ਆਪਾਂ ਅੱਗੇ ਸੀਰੀਜ਼ ਦੇ ਵਿੱਚ ਫਿਰ ਆਪਾਂ ਸੋਲੂਸ਼ਨ ਲੋਕਾਂ ਦੇ ਕਮੈਂਟ ਦੇਖ ਕੇ ਨਾਲੇ ਆਪਾਂ ਆਪਣੀ ਸੋਚ ਬਣਾਵਾਂਗੇ, ਇੱਕ ਆਪਾਂ ਸਾਰੇ ਮਿਲ ਕੇ ਇੱਕ ਸੋਚ, ਕੋਈ ਨਾ ਕੋਈ ਸੋਚ ਬਣਾਵਾਂਗੇ, ਕਿਸੇ ਰਾਹ ਤੇ ਪਾਵਾਂਗੇ। ਉਹੀ ਗੱਲ ਮੁੰਜੇ ਨੇ ਕਿਹਾ, ਗੱਡੀ ਖੜੀ ਖੜੀ ਕਰੀਏ, ਆਪਾਂ ਗੱਲਬਾਤ ਤਾਂ ਕਰੀਏ ਇੱਕ ਦੂਜੇ ਦੇ ਨਾਲ ਗੱਡੀ ਖੜੀ ਕਰਕੇ, ਅਤੇ ਆ ਜਾਓ ਆਪਣੀ ਆਪਣੀ ਗੱਡੀ ਖੜੀ ਕਰੀਏ ਅਤੇ ਗੱਲਬਾਤ ਕਰੀਏ, ਅਤੇ ਫਿਰ ਇਹਨੂੰ ਇਸ ਟੋਪਿਕ ਨੂੰ ਅੱਗੇ ਹੋਰ ਕੰਘਾਲਦੇ ਹਾਂ ਆਪਾਂ ਆਉਣ ਵਾਲੇ ਟਾਈਮ 'ਚ। ਠੀਕ ਹੈ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਓਕੇ, ਸਤਿ ਸ਼੍ਰੀ ਅਕਾਲ।